परमेश्वर दा साक्षात शब्द स्वरूप बाणी ओदी विचार करन दा आपानू सुभागा समा बख्शे। अमृत वेले आप जी ने बेनतियां सरवण कीतियां सी श्री गुरु ग्रंथ साहिब जी दियां 22 वारां विचों राम कली राग विच गुरु घर दे कीर्तनिए जस करन वाले राय बलवंड जी राय सत्ता जी जिन्हां दी रचना तो ਇਹ ਵਾਰ ਆਖੀ ਭਾਵ ਗੁਰੂ ਜੀ ਨੂੰ ਸੁਣਾਈ ਗਈ ਆਖੀ ਤੋਂ ਭਾਵ ਸੁਣਾਈ ਗਈ ਸਵੇਰੇ ਥੋੜੇ ਜੇ ਬਚਨਾਂ ਵਿੱਚ ਤੁਹਾਨੂੰ ਬੇਨਤੀ ਕੀਤੀ ਸੀ ਕਿ ਦੋਹਾਂ ਰਾਗੀਆਂ ਦੇ ਵਿੱਚੋਂ ਸੱਤਾ ਜੀ ਦੀ ਰਾਗੀ ਦਾ ਵਿਆਹ ਸੀ ਸੱਤੇ ਦੀ ਧੀ ਸੀ ਮੰਗ ਕੀਤੀ ਮਹਾਰਾਜ ਸਾਨੂੰ ਕੁਝ ਮਾਇਆ ਬਖਸ਼ੋ ਕੱਲੀ ਮੰਗ ਨਹੀਂ ਕੀਤੀ ਨਾਲ ਸ਼ਰਤ ਵੀ ਰੱਖ ਦਿੱਤੀ ਕਿ ਇੱਕ ਦਿਨ ਦਾ ਚੜਾਵਾ ਦਿਓ ਸਾਨੂੰ ਇਹ ਸ਼ਰਤ ਸੀ ਗੁਰੂ ਮਹਾਰਾਜ ਕਹਿੰਦੇ ਦੱਸੋ ਕਿਹੜੇ ਦਿਨ ਦਾ ਚੜਾਵਾ ਚਾਹੀਦਾ ਕੁਦਰਤੀ ਵਿਸਾਖੀ ਨੇੜੇ ਸੀ ਅੰਦਰ ਕੁਝ ਤ੍ਰਿਸ਼ਨਾ ਸੀ ਕਿ ਵਿਸਾਖੀ ਨੂੰ ਚੜਾਵਾ ਚਾਹਦੇ ਚੜੂਗਾ ਮਹਾਰਾਜ ਕਹਿੰਦੇ ਠੀਕ ਹੈ ਦੇਵ ਨੇਤ ਐਸੀ ਹੋਈ ਵਿਸਾਖੀ ਨੂੰ ਮੌਸਮ ਖਰਾਬ ਹੋ ਗਿਆ ਬਾਦਸ਼ਾਹ ਪੈਦਲ ਰਸਤੇ ਹੁੰਦੇ ਸੀ ਤੁਹਾਡੇ ਵਾਂਗ ਤਾਂ ਹੈ ਨੀ ਕਿ ਕਾਰ ਚ ਬੈਠੇ ਗੁਰਦੁਆਰੇ ਦੇ ਗੇਟ ਮੂਹਰੇ ਉਤਰ ਗਏ ਉਦੋਂ ਤੁਰਨਾ ਪੈਂਦਾ ਸੀ ਸੰਗਤ ਘੱਟ ਆਈ ਤੇ ਉਹਨਾਂ ਦੇ ਮਨ ਵਿੱਚ ਖਿਆਲ ਹੋ ਗਿਆ ਕਿ ਗੁਰੂ ਜੀ ਸਮਰੱਥ ਹਨ ਜਾਣ ਕੇ ਇਹ ਕੰਮ ਕੀਤਾ ਸ਼ੰਕਾ ਬੜੀ ਛੇਤੀ ਪੈਦਾ ਹੁੰਦੀ ਹੈ ਸ਼ਰਧਾ ਬੜੀ ਦੇਰ ਚ ਪੈਦਾ ਹੁੰਦੀ ਬਾਣੀ ਵਿੱਚ ਜ਼ਿਕਰ ਆਉਂਦਾ ਜਿਵੇਂ ਹਨੇਰੇ ਦਾ ਵਿਰੋਧੀ ਸ਼ਬਦ ਚੰਨਣਾ ਮਿੱਤਰ ਦਾ ਵਿਰੋਧੀ ਸ਼ਬਦ ਵੈਰੀ ਹੈ ਸੱਚ ਦਾ ਵਿਰੋਧੀ ਸ਼ਬਦ ਝੂਠ ਹੈ ਇਸੇ ਤਰ੍ਹਾਂ ਸ਼ਰਧਾ ਦਾ ਵਿਰੋਧੀ ਸ਼ਬਦ ਸ਼ੰਕ ਹੈ ਜਿੱਥੇ ਹਨੇਰਾ ਹੋਵੇ ਉੱਥੇ ਚੜਨਾ ਨਹੀਂ ਹੋਣਾ ਚੜਨਾ ਹੋਵੇ ਹਨੇਰਾ ਨਹੀਂ ਹੋਣਾ ਜਿੱਥੇ ਸ਼ਰਧਾ ਹੈ ਉੱਥੇ ਸ਼ੰਕਾ ਨਹੀਂ ਹੋਣੀ ਜਿੱਥੇ ਸ਼ੰਕਾ ਹੈ ਉੱਥੇ ਸ਼ਰਧਾ ਨਹੀਂ ਹੋਣੀ ਦੁੱਖ ਨਾ ਮਨਾਇਓ ਸ਼ਰਧਾ ਤਾਂ ਹੁਣ ਆਈ ਨੀ ਸ਼ੰਕਾ ਦੀ ਉਹ ਪੰਡ ਚੱਕੀ ਫਿਰਦੇ ਅੱਜ ਕੇ ਆਖੋ ਸਤ ਸ਼ੰਕਾ ਦੀ ਪੰਡ ਚੱਕੀ ਫਿਰਦਾ ਹਰੇਕ ਸਿੱਖ ਦੋਹਾਂ ਚ ਫਰਕ ਕੀ ਹੈ ਸ਼ੰਕਾ ਪੈਦਾ ਹੁੰਦੇ ਆ ਇੱਕ ਸਕਿੰਟ ਦੀ ਵੀ ਲੋੜ ਨਹੀਂ ਇੱਕ ਸਕਿੰਟ ਚ ਕਈ ਵਾਰ ਤੁਹਾਡੇ ਘਰ ਇਹ ਹੋ ਜਾਂਦੀ ਹੈ ਚੀਜ਼ ਇੱਧਰ ਉੱਧਰ ਹੋ ਗਈ ਨਿਆਣਿਆਂ ਤੇ ਘਰ ਵਾਲੀ ਤੇ ਸ਼ੰਕਾ ਕਰੇਗਾ ਅੱਜ ਕਹੇ ਕੋ ਸਤਨਾਮ ਪਤਾ ਨੀ ਕੀਤੇ ਕੀਤੇ ਇੱਕ ਮਿੰਟ ਚ ਸ਼ੰਕਾ ਪੈਦਾ ਹੋਣ ਲੱਗਿਆ ਇੱਕ ਸਕਿੰਟ ਦੀ ਵੀ ਲੋੜ ਨਹੀਂ ਥੋੜੇ ਜੇ ਧਿਆਨ ਨਾਲ ਸੁਣਿਓ ਸ਼ਰਧਾ ਪੈਦਾ ਹੋਣ ਖਾਤਰ ਸ਼ਾਇਦ ਕਈ ਜਨਮ ਲੱਗ ਜਾਣ ਇੱਕ ਜਨਮ ਦੀ ਘਟਨਾ ਨਹੀਂ ਕਿ ਸ਼ਰਧਾ ਪੈਦਾ ਤੇ ਕਈ ਜਨਮਾਂ ਦੀ ਘਟਨਾ ਹੈ ਤਾਂ ਸ਼ਰਧਾ ਪੈਦਾ ਹੁੰਦੀ ਸ਼ੰਕਾ ਮਿੰਟ ਪਰ ਮਿੰਟ ਸ਼ੰਕਾ ਪੈਦਾ ਹੋ ਗਈ ਗੁਰਸਿੱਖ ਪਿਆਰੇ ਹੋ ਗੁੱਸੇ ਹੋ ਗਏ ਗੁਰੂ ਮਹਾਰਾਜ ਆਪ ਬੁਲਾਉਣ ਗਏ ਤੁਹਾਨੂੰ ਚਲੋ ਆਉਣ ਤੋਂ ਜਵਾਬ ਦੇ ਦਿੰਦੇ ਕੋਈ ਵੱਡੀ ਗੱਲ ਨਹੀਂ ਸੀ ਗੁੱਸੇ ਗਿਲੇ ਹੁੰਦੇ ਰਹਿੰਦੇ ਪਰ ਇੱਕ ਵਚਨ ਕਹਿ ਦਿੱਤਾ ਗੁਰੂ ਨਾਨਕ ਤੋਂ ਉਲਟ ਇਹ ਗੁਰੂ ਨਾਨਕ ਦੇ ਦਰ ਤੇ ਸੰਗਤ ਤੁਹਾਡੇ ਕਰਕੇ ਨਹੀਂ ਆਉਂਦੀ ਸਾਡਾ ਕੀਰਤਨ ਸੁਣਨ ਆਉਂਦੀ ਅਸੀਂ ਜਿੱਥੇ ਮਰਜ਼ੀ ਕਰ ਲਾਂਗੇ
जद वड्डे गुरुआं तो उल्ट शब्द सुनिया, गुरु की निंदा सुने न कहान। सिख गुरु दी निंदे सुने, चल सिख दी तां गल छड्डो, पंजाबी बैठे हो, ओ पुत भी पुत नहीं हुंदा बापू दी निंदा सुन लवे। अज के आखो सतनाम, जदे कोई फैसला कर दे प्यो दे खातर, ओही पुत हुंदा। श्री गुरु अर्जन देव जी ने उदन दात बख्शी कथानू, ए कारण बनना सी, बड़ी चंगी घड़ी सी ओ, के जिदन जवाब दिता सी कीर्तन नहीं करना, उना दा जवाब ही तुहाडे खातर वर हो गया। गुरु अर्जन कहिंदे सिखो अज तो कीर्तन तुसी आप करिया करोंगे। अज के आखो सतनाम, उदन दात तुहानू गुरु अर्जन ने दिती है, नहीं है मीरां दे हथ विच सी, इही वीर कीर्तन करदे हुंदे सी। अज तो तुसी आप कीर्तन करो। महाराज ने आप सनंदा लेके बाबा बुढ़ा जी बेर हेठ बैठ के कीर्तन करदे हुंदे सी संगतां तो। ता गुरमुख प्यारियो, ते नाल इक होर भी सिख संगत नू वर दे दिता, उहनां नू भी इक वचन दे दिता कि कोई सिख इन्हां दा कीर्तन नहीं सुनूंगा। ये भी बचक बट उठ गया मान, थोड़े चिर से भुखे मरन लग गए। अगली गल, तुहाडा इतिहास मन रहे कि लाहौर गए भाई लद्दा जी दे कोल परपकारी। परपकार हुंदा की है, हुंदा तुसी मेरे वर्गे नूं भी कही जाने परपकारी है बाबे, जे समझ लो फिर हरेक नूं नहीं कहोंगे। परोपकार शब्द ग्रामर विच कार तों बने, कार इहदी उपज कार है। कक्के नूं कन्ना रारा कार, कार कहने है, कोई कार कर ले कम कर ले, किरत कार कहिए किरत। जिहड़ी कली किरत है ना प्रेमियो, ਉਹ ਸੰਸਾਰ ਨਾਲ ਸੰਬੰਧ ਰੱਖਦੀ ਹੈ। ਕੱਲੀ ਕਿਰਤ ਉਹ ਵਜੀਬ ਕਹਿ ਗੁਜਰਾਨ ਹੈ ਮਾਇਆ, ਉਹ ਕਿਰਤ ਜਿਹੜੀ ਤੇਰੇ ਸਰੀਰ ਦਾ ਨਿਰਵਾਹ ਕਰੇ ਉਹ ਕਾਰ ਹੁੰਦੀ ਹੈ। ਕਾਰ ਦੇ ਨਾਲ ਇੱਕ ਸ਼ਬਦ ਲੱਗ ਗਿਆ ਉਪ, ਉਪਕਾਰ। ਦੇਖੋ ਪਿੱਛੇ ਕਾਰੇ ਚੱਲਿਆ ਹੁੰਦਾ, ਉਪ ਕਹੀਏ ਉੱਚਾ ਉਤਾਹਾਂ। ਕਿਰਤ ਤੋਂ ਉੱਚੀ ਇੱਕ ਕਿਰਤ ਹੈਗੀ, ਉਹ ਕਿਹੜੀ ਕਿਰਤ ਹੁੰਦੀ ਹੈ? ਸਰੀਰ ਦਾ ਭਲਾ, ਸਰੀਰ ਦਾ ਗੁਜਰਾਨ। ਉੱਚੀ ਕਿਰਤ ਹੁੰਦੀ ਹੈ ਸੇਵਾ ਸਿਮਰਨ, ਤੇਰੀ ਰੂਹ ਦੀ ਖੁਰਾਕ। ਅੱਜ ਕੇ ਆਖੋ ਸਤ, ਜਿਹੜੀ ਕੱਲੀ ਕਿਰਤ ਹੈ ਉਹ ਤੇਰੇ ਸਰੀਰ ਦੇ ਕੰਮ ਆਊਗੀ, ਜਿਹੜੀ ਉੱਚੀ ਕਿਰਤ ਹੈ ਇਸ ਨਾਲੋਂ ਸੇਵਾ ਸਿਮਰਨ ਦਾਨ ਪੁੰਨ, ਉਹ ਤੇਰੇ ਜੀਵ ਦਾ ਭਲਾ ਹੋਵੇਗਾ। ਇਹ ਤੋਂ ਵੀ ਗਾਂ ਚੱਲੋ, ਕਾਰ ਤੋਂ ਬਣਿਆ ਉਪਕਾਰ, ਉਪਕਾਰ ਤੋਂ ਬਣ ਗਿਆ ਪਾਰ ਉਪਕਾਰ। ਦੋ ਸ਼ਬਦ ਜੁੜ ਗਏ ਨਾ, ਪਿੱਛੋਂ ਕਾਰ ਇਹ ਹੈ, ਕਾਰ ਤੋਂ ਉਪ, ਉਪ ਤੋਂ ਪਰ। ਉਹ ਕੀ ਹੁੰਦਾ ਗੁਰਮੁਖ ਪਿਆਰਿਓ? ਉਹ ਕੰਮ ਜਿਹੜੇ ਵਿਚ ਨਾ ਤੇਰੇ ਸਰੀਰ ਦਾ ਭਲਾ ਹੋਵੇ, ਨਾ ਤੇਰੇ ਜੀਵ ਆਤਮਾ ਦਾ ਭਲਾ ਹੋਵੇ। ਉਹ ਕੰਮ ਨਾ ਇਸ ਸੰਸਾਰ ਵਿਚ ਤੇਰਾ ਭਲਾ ਦਿਖੇ, ਨਾ ਅਗਲੇ ਜਹਾਨ ਵਿਚ, ਉਹ ਭਲਾ ਹੀ ਕਿਸੇ ਹੋਰ ਦਾ ਹੋਵੇ। ਅੱਜ ਕੇ ਆਖੋ ਸਤਨਾਮ, ਉਹ ਕੰਮ ਹੀ ਕਿਸੇ ਹੋਰ ਖਾਤਰ ਹੋਵੇ, ਉਹ ਹੁੰਦਾ। ਉਹ ਕੌਣ ਕਰਦੇ ਨੇ? ਪਰ ਉਪਕਾਰ ਨਿਤ ਚਿਤਵ ਤੇ ਨਾਹੀ ਕਛ ਪੋਚ। ਰੱਬ ਦੇ ਪਿਆਰੇ, ਉਹ ਕੇਵਲ ਉਹੀ ਕਰ ਸਕਦੇ ਨੇ, ਆਪਣੀ ਇੱਛਾ ਨੀ ਕੋਈ ਵੀ ਹੈ। ਬੁਰਾ ਕਹੋ ਭਾਵੇਂ ਭਲਾ ਕਹੋ, ਤੇ ਜੇ ਚੰਗੇ ਕੰਮ ਕਰਨ ਵਾਲੇ ਹੁੰਦੇ ਹੈ, ਸੰਸਾਰ ਨੇ ਕਦੇ ਚੰਗਾ ਤਾਂ ਉਹਨਾਂ ਨੂੰ ਕਿਹਾ ਨੀ, ਬੁਰਾ ਹੀ ਕਿਹਾ ਹੈ। ਅੱਜ ਕਿਹਾ ਖੋ ਸਦਨ, ਸੱਚ ਬੋਲਣ ਵਾਲਿਆਂ ਦੀ ਵਿਰੋਧਤਾ ਹੀ ਹੋਈ ਹੈ। ਹੋ ਹੀ ਜਾਵੇ, ਕਹੀ ਜਾਣ ਲੋਕ ਬੁਰਾ, ਪਰ ਨਤੀਜਾ ਦੇਖੇ ਕਰੋ। ਇੱਟਾਂ ਮਾਰ ਲੈਣ, ਸੂਈ ਤੇ ਚਾੜ ਦੇਣ, ਤਵੀਆਂ ਤੇ ਬਿਠਾਲ ਦੇਣ, ਬੰਦ ਬੰਦ ਕੱਢ ਦੇਣ, ਪਰ ਕੂੜ ਨਖੁੱਟੇ ਨਾਨਕਾ ਓੜਕ।
जित अखीर नू सच दी होनी है। बार उपकार हुंदे किसे होर दा भला, किसे दा भला तेरी विच गल नहीं है, गले किसे होर दी होवे। इथों एक नुकता सिखे होण तुसीं, अमृतसर गुरु दी नगरी जिथे सभे थाब नहीं तुद जिहिया, एडी उपमा सारे अमृतसर विच इना मीरां नू कोई परपकार नहीं लभिया, तां लाहौर गए ना। नुकता समझी दा उहदे विचों कि अमृतसर विच सिख नहीं थे, नाम जपणवाए नहीं सी, बहुत सी पर उपकारी नहीं लभिया। क्यों नहीं लभिया सी? पर गुरु अर्जन देव ने वचन करता सी, जेड़ा इना दी सिफारिश करूगा ओदा मुंह काला करके खोते ते बिठाड़ के चितना दी माला पाके अमृतसर दे बाजारां च भेजिया जाओ। केड़ा मनदा है? कोई मनने नूं तैयार है अपने चो? जद कोई अमृतसर ना लभे आ नुकता की लौंगे, परपकारी विरले मिलणगे अज के आखो सतना। जे बहुते हुंदे अमृतसर तो ही लभ पैंदा, कोई नहीं लभिया सारे शहर चो। भाई लद्दा जी ते मैं डर के कहना तुहानू, जे मैं ब्रह्म ज्ञानी शब्द तुहाडे इतिहास विच केवल एक सिख नू मिलिया है, बाबा बुढ़ा जी, केवल एक। इस तरह परपकारी भी केवल भाई लद्दा जी नू मिलिया है अज के आखो सतना। सारा इतिहास पढ़ के वेख लो, परपकारी भाई लद्दा जी और भी बहुत। ते गुरमुख प्यारे हो गए जिथे आस हुंदी है उथे पुजदे, ते जिहड़े पहरेदार खड़े थे उहदा स्थान सी, कदा कीर्तन चलदा सी, ओह कहिंदे अंदर ना वड़िओ, रोकता, क्योंकि महाराज दा वचन सी इहनां नूं नेड़े नहीं लाउणा, रोण पिटण। भाई लद्दा जी कहिंदे कौण है, रोंदे क्यों है? कहिंदे जी गुरु तों बेमुख डूम आए ने। भाई लद्दा जी कहिंदे जिहड़े आए गए अंदर आउण दो अज के आखो सतना, जिहड़े आए गए ते हुण की है, आउण दो, अंदर आ गए चरण फड़े, बेनती कीती लद्दिया तू परपकारी है सानू टुटिया नू जोड़ दे, मिला दे विछड़े फिर सिरापे। कहिंदा बैठो फिर अपने सेवका नू, कहिंदा इन्हां नू लंगर छकाओ, बुरा हाल कपड़े चंगे पवाए, इशनान कराया, उन्हां नू उधर तैयारी च लाता, आप अपने एक सिख नू भेजता, जा परचा पता दे महले च जा, 3 रुपये रोज दे, बहुत हुण तां 3000 दे बराबर होने, एक चंगा जा खोता ले आओ ना तो नाल ले आई मालक नू। आप मंगाया अमृतसर जाने समान लेन, ओ प्रजापत खोता लेके आ गया। इन्ने नू की होया, भाई लद्दा जी लंगर विच गए, रोटियां पकाउण वाली तवी मारी मूधी, उदे उत्ते पाया घीजा तेल, करके ऐन कास अपना मुंह काला कर लिया, खोते ते बह गए, पिछे पिछे डूम। एह जा काम तो फिर थोड़े वर्गे कठे होए जाने अज के आखो सतना। कोई कथा कीर्तन करता होवे, खंड पाठ हुंदा होवे, उत्थे मत्था टेक नहीं जांदे, किते बांदरी नचदी होवे उत्थे सियाणे खड़े भी देखे मैं अज के आखो सतना, किते डुग डुगी बजदी होवे उत्थे तो भीड़ दा च लग जांदी। ओ खोते ते चढ़िया होया, काला मुंह कीता होया, उदा ही आ गए। किन्ने को है देख लो पुराने लाहौर, उदा ही हो गए, आ गए हरिमंदर साहब दे नेड़े, भीड़, न्याणे निकल सियाणे देखने, हो की रहे चितना दी माला पाई भी, अंदर होवे कीर्तन ते बाहर रौला पैण लग गया इना कट। गुरु अर्जन कहिंदे रौला कहिंदे पैंदा कीर्तन दे समय, कहिंदे महाराज ओ तुहाडा परपकारी भाई लद्दा खोते ते चढ़िया होया, काला मुंह कीता, चितना दी माला पाई है, ओदा जलूस निकलिया फिरदा, ते अद्धे लोग बाजार दे पिछे पिछे आए ने रोला पैंदे। कहिंदे लद्दा कल्ला नहीं आया, फिर सारी गल दसो। कहिंदा महाराज
ਡੂਮਾ ਨੂੰ ਵੀ ਨਾਲ ਲੈ ਕੇ ਆਇਆ। ਕਹਿੰਦੇ ਹੁਣ ਕਿਵੇਂ ਮੋੜੀਏ, ਜਿਹੜੀ ਅਸਾਂ ਸਜ਼ਾ ਦੇਣੀ ਤੇ ਉਹ ਤਾਂ ਉਹਨੇ ਆਪੇ ਲੈ ਲਈ, ਅੱਜ ਕੇ ਕੁਲ ਸਤਨਾਮ, ਜਿਹੜੀ ਅਸਾਂ ਸਜ਼ਾ ਦੇਣੀ ਤੇ ਉਹ ਤਾਂ ਲੈ ਲਈ ਉਹਨੇ, ਤੇ ਆਉਣ ਦੋ ਹੁਣ। ਜੇ ਸਜ਼ਾ ਹੀ ਭੁਗਤ ਲਈ ਫਿਰ ਜੇਲ ਦੇ ਦਰਵਾਜ਼ੇ ਖੁੱਲ ਜਾਂਦੇ ਨੇ, ਇਹਨੇ ਸਜ਼ਾ ਭੁਗ ਲਈ ਜਾਣ ਦੋ। ਜਿਹੜੀ ਅਸੀਂ ਸਜ਼ਾ ਦਿੱਤੀ ਸੀ ਉਹ ਤਾਂ ਉਹਨੇ ਲੈ ਲਈ, ਆ ਜਾਣ ਦੋ ਅੰਦਰ, ਚਰਨ ਫੜ ਲਈ ਲਧਿਆ ਦੱਸ। ਕਹਿੰਦਾ ਮਹਾਰਾਜ ਇਹ ਨਿਮਾਣਿਆਂ ਦਾ ਮਾਣ ਹੈ ਦਰ, ਇਹ ਉਹ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਤ। ਗੁਰੂ ਅਰਜਨ ਕਹਿੰਦੇ ਮੇਰੀ ਗੱਲ ਨੀ ਲਧਿਆ, ਇਹਨੇ ਬੜੇ ਗੁਰੂਆਂ ਦੀ ਨਿੰਦਿਆ ਕੀਤੀ ਹੈ, ਗੁਰੂ ਨਾਨਕ ਤੋਂ ਉਲਟ। ਕਹਿੰਦਾ ਮਹਾਰਾਜ ਜਿਹੜਾ ਡਾਕਟਰ ਬਿਮਾਰੀ ਦੱਸਦਾ ਉਹ ਦਵਾਈ ਵੀ ਦੱਸ ਸਕਦਾ, ਜੇ ਤੁਹਾਨੂੰ ਇਹਨਾਂ ਦੀ ਬਿਮਾਰੀ ਦੀ ਪਤਾ ਦਵਾਈ ਵੀ ਦੱਸ ਦੋ। ਦਵਾਈ ਦੱਸ ਦਿੱਤੀ, ਜਿਸ ਮੂੰਹ ਨਾਲ ਨਿੰਦਿਆ ਕੀਤੀ ਹੈ ਉਸੇ ਮੂੰਹ ਨਾਲ ਵੱਡੇ ਸਤਿਗੁਰਾਂ ਦੀ ਸਿਫਤ ਕਰਨ, ਉਸਤਤ ਕਰਨ, ਫੇਰ ਇਹ ਬਖਸ਼ੇ ਜਾਂਦੇ ਨੇ। ਆਓ ਹੁਣ ਜਿਹੜੀ ਸਿਫਤ ਕੀਤੀ ਉਹਨਾਂ ਨੇ, ਉਹ ਰਾਮ ਕਲੀ ਦੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਥੋਂ ਆਰੰਭ ਹੋ ਰਹੀ ਹੈ। ਆਓ ਪਿਆਰ ਦੇ ਨਾਲ ਗੁਰੂ ਮਹਾਰਾਜ ਮੇਰੇ ਤੇ ਮਿਹਰ ਕਰਨ, ਤੁਹਾਡੇ ਚਰਨਾਂ ਦੀ ਬਖਸ਼ਿਸ਼ ਹੋਵੇ। ਇਹ ਅਗਾਧ ਬੋਧ ਬਾਣੀ ਇਹ ਕੱਲੀ ਵਾਰ ਨਹੀਂ ਹੈ, ਇਹਦੇ ਵਿਚ ਪੰਜ ਗੁਰੂਆਂ ਦਾ ਇਤਿਹਾਸ ਹੈ। ਇਹਦੇ ਵਿਚ ਕਰਤਾਰਪੁਰ ਵੀ ਆ ਜਾਣਾ, ਖੰਡੂਰ ਸਾਹਿਬ ਵੀ ਆ ਜਾਣਾ, ਗੋਇੰਦਵਾਲ ਸਾਹਿਬ ਵੀ ਆ ਜਾਣਾ, ਤਰਨ ਤਾਰਨ ਵੀ ਆ ਜਾਣਾ, ਇਹਦੇ ਵਿਚ ਅੰਮ੍ਰਿਤਸਰ ਵੀ ਆ ਜਾਣਾ, ਇਹਦੇ ਵਿਚ ਗੁਰੂ ਨਾਨਕ ਵੀ ਆਉਣਗੇ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਵੀ ਆਉਣਗੇ ਇਹਦੇ ਵਿਚ। ਐਡਾ ਇਤਿਹਾਸ ਇਹਦੇ ਵਿਚ ਖਜ਼ਾਨਾ ਭਰਿਆ ਸਾਡੇ ਖਾਤਰ। ਇਕ ਵਾਰ ਸ਼ਰਧਾ ਭਾਵਨਾ ਦੇ ਨਾਲ ਪਿਆਰ ਦੇ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਹਿ ਡੂਮਾਖੀ। ਰਾਮ ਕਲੀ ਹੈ ਜਿਹੜਾ, ਇਹ ਰਾਗੀ ਜਾਣਦੇ ਨੇ, ਰਾਗ ਨਹੀਂ ਹੈ, ਰਾਮ ਕਲੀ ਰਾਗਣੀ ਹੈ। ਰਾਗ ਤਾਂ ਹੈ ਹੀ ਛੇ, ਤੁਹਾਨੂੰ ਪਤਾ ਖਸ਼ਟ ਰਾਗ ਉਹਨੂੰ ਗਾਏ, ਬਾਕੀ ਦਾ ਪਰਿਵਾਰ ਹੈ ਰਾਗਣੀਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨੂੰ ਵੀ ਰਾਗ, ਰਾਗਣੀ ਨੂੰ ਵੀ ਰਾਗ ਲਿਖਿਆ, ਰਾਗਣੀ ਨੀ ਲਿਖਿਆ, ਰਾਗਣੀ ਦਾ ਨਾਂ ਵੀ ਰਾਗ ਲਿਖਿਆ। ਕਿਉਂ ਲਿਖਿਆ? ਕੋਈ ਪੁੱਛੇ ਵੀ ਰਾਗਣੀ ਨੂੰ ਰਾਗਣੀ ਕਿਉਂ ਨੀ ਲਿਖਿਆ? ਰਾਗਣੀ ਵਿਚ ਇਕ ਦੋਸ਼ ਸੀ, ਦੋਸ਼ ਕੀ? ਸਰਾ ਸਤਰੀ ਤੇ ਸੁਰ, ਨੋਟ ਕਰਿਓ, ਤਿੰਨਾਂ ਨੂੰ ਸੱਸਾ ਲੱਗਦਾ। ਸੁਰ ਸਰਾ ਸਤਰੀ, ਸੁਰ ਕਹੀਏ ਰਾਗਣੀ, ਜਿੱਥੇ ਰਾਜਿਆਂ ਦੇ ਮਹਿਲਾਂ ਵਿਚ ਨਾਚ ਹੁੰਦੇ ਸੀ, ਬਿਸਬਾ ਨੱਚਦੀਆਂ ਸੀ, ਉੱਥੇ ਰਾਗਣੀ ਗਾਈ ਜਾਂਦੀ ਸੀ। ਅੱਜ ਕੇ ਆਖੋ ਸਤਨਾਮ। ਕਾਮ ਪਰਾਗ ਰਾਗਣੀਆਂ ਨੇ ਅੰਦਰ ਵਿਸ਼ੇ ਵਿਕਾਰ ਪੈਦਾ ਕਰਨ ਵਾਲੀਆਂ, ਇਹ ਤਿੰਨ ਚੀਜ਼ਾਂ ਨੂੰ ਸੱਸੇ ਲੱਗਦੇ ਨੇ। ਸੁਰ ਰਾਗਣੀ, ਸਰਾ ਸ਼ਰਾਬ, ਸਤਰੀ ਇਸਤਰੀ, ਉਹੀ ਗਾਉਂਦੀ ਸੀ ਉੱਥੇ ਬੇਸਵਾ। ਮਹਾਰਾਜ ਨੇ ਇਸ ਗੱਲ ਤੋਂ ਤੁਹਾਨੂੰ ਬਚਾ ਲਿਆ, ਰਾਗਣੀ ਨੂੰ ਵੀ ਰਾਗ ਬਣਾ ਕੇ ਦੇ ਦਿੱਤਾ। ਅੱਜ ਕੇ ਆਖੋ ਸਤਨਾਮ। ਰਾਗ ਦਾ ਅਰਥ ਹੈ ਪ੍ਰੇਮ, ਸ਼ਰਧਾ ਪ੍ਰੇਮ। ਇਹ ਰਾਮ ਕਲੀ ਰਾਗਣੀ ਹੈ, ਪਰ ਮਹਾਰਾਜ ਨੇ ਰਾਗ ਲਿਖਿਆ। ਰਾਏ ਬਲਵੰਡ ਤਥਾ ਕਹੀਏ ਅਤੇ, ਦੋਵੇਂ ਰਾਗੀਆਂ ਨੇ ਇਹ ਆਖੀ, ਗੁਰੂ ਅਰਜਨ ਦੇ ਸਾਹਮਣੇ ਸੁਣਾਈ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਇਹ ਗੁਰੂ ਅਰਜਨ ਪਾਤਸ਼ਾਹ ਨੇ। ਇੱਥੇ ਇੱਕ ਕੁੰਡੀ ਦੀ ਗੱਲ ਬੋਲਣ ਲੱਗੇ, ਤੁਹਾਨੂੰ ਸਿਆਣੇ ਸੁਣਨ ਆਏ ਆ ਦੂਰੋਂ, ਵਰਲਡ ਲੈਵਲ ਤੇ ਆਵਾਜ਼ ਜਾਂਦੀ ਹੈ। ਅਸੀਂ ਕਹਿ ਦਿੰਦੇ ਹਾਂ ਪੰਜਵੇਂ ਪਾਤਸ਼ਾਹ ਨੇ ਭਗਤਾਂ ਦੀ ਬਾਣੀ ਉੱਚ ਲਿਖਾਈ, ਠੀਕ ਲਿਖਾਈ। ਕਦੇ ਤੁਸੀਂ ਸੁਪਨੇ ਵਿਚ ਨਹੀਂ ਸੋਚਿਆ ਹੋਣਾ ਕਿ ਭਗਤਾਂ ਦੀ ਬਾਣੀ ਨਾਲ ਕੁਝ ਆਪਣੇ ਕੋਲੋਂ ਵੀ ਲਿਖਾਇਆ? ਸੰਗਤ ਬੈਠੀ ਹੈ ਸਿਆਣੀ, ਕਦੇ ਸੋਚੀ ਗੱਲ? ਜਿੱਥੇ ਭਗਤਾਂ ਦੀ ਬਾਣੀ ਆਰੰਭ ਹੋਈ ਹੈ
जेड़ा उत्थे मूल मंत्र लिखे है ना वो गुरु अर्जन ने अपने कोलों लिखे है आखो सतनाम भगतां दे सारे ग्रंथ पढ़ के देख लो एक ओंकार सतगुर प्रसाद उन्हां विच है नहीं। मैं कबीर बीजक पढ़िया सारा गुरु ग्रंथ साहब तो भी वड्डा ग्रंथ है। कबीर ने किते एक ओंकार सतगुर प्रसाद नहीं लिखिया, रवदास जी ने लिखिया नहीं भगत बाणी विच। ये जेड़ा मूल मंत्र लाए है ना अलंकार ये भी भगतां दी बाणी नाल गुरु अर्जन देव जी ने शामिल किया है। अलंकार अलंकार होने तीन रूपां विच जदों कोई काम शुरू करना है अपने इष्ट नूं याद करना उहदे गुण दसण वडियाई। नंबर दो दूजा अलंकार होंदा है अपने इष्ट नूं नमस्कार करनी। नंबर तीन अपने इष्ट तो गुरु तो अपने काम की सफलता वास्ते आशीर्वाद मंगने। ये तीन अलंकार केड़े होने हैं? गुणात्मक नमस्कार अलंकार अपने गुरु दे गुण दसने। नंबर दो नमस्कारात्मक अलंकार अपने गुरु नू मथा टेकना। नंबर तीन आशीर्वादात्मक अलंकार अपने गुरु तो अपने काम दे रास होने खातर आशीर्वाद मंगनी। ये तीन तरह के अलंकार ने। एक श्लोक पढ़ लो थानू तिना का पता लग जू। गुरु अर्जन देव ने एक श्लोक विच तीन अलंकार कोई ऐसा कवि नहीं थानू लगूगा। एक श्लोक सुन दे ते नित्य हो तुसी। डंडौत बंधन अनकवा नमस्कार आत्मक हो गए ना मत्था टेके। दुआ सर्व कला समर्थ गुणवाद हो गया मेरा गुरु सारे कला विच संपूर्ण गुणवाद हो गया। तीसरा आशीर्वाद आ गई डोलन ते रखो प्रभु मेरे कार्ज नू सफलता करनी मैं डोला ना नानक दे कर हाथ। इको श्लोक विच तीन अलंकार सारे धर्मां दे अपने अपने अलंकार ने। सिख धर्म दा अलंकार चार रूप ने गुरु ग्रंथ साहिब विच। इक ओंकार सतनाम करता पुरख गुरप्रसाद, इक ओंकार सतनाम गुरप्रसाद, इक ओंकार गुरप्रसाद, इक ओंकार सतनाम करता पुरख जिहड़ा पूरा तुसी पढ़दे हो। इत्थे महाराज ने बाणी आरंभ करन लगे अकाल पुरख दा अलंकार ओदी आशीर्वाद मंगी। तू एक है तू पसरिया होया ओंकार प्रकाश है प्रकाश है तेरे विच। तू सच है तेरी नाम नाम ना वड़ियाई कहने नहीं ओदा नाम बहुत ऊंचा है तेरी वड़ियाई बहुत। तू नेरे विच चरणा करन दे गुण गो नाम अंधकारे रूप प्रकाश प्रसाद तू सदा ही आनंद चेत है सत्यम शिवम सुंदरम सत सुहाने सदा मन चाओ। हुण आओ ए महाराज दे अगे नमस्कार करके ए वार बोली है उन्हां ने मीरा ने गुरु ग्रंथ साहिब विच दर्ज कीती है गुरु अर्जन देव जी ने। प्यार नाल सरवण करिए। नाव करता कादर करे क्यों बोल होवे जो खीवदा। हुण ए जिहड़ियां तीन पौड़ियां ने ना पहलियां इस वार दियां अठ पौड़ियां ने इजवे श्लोक होई नहीं। सवेरे भी तुहानूं कहा सी ए बाबे नानक दी देण है। गुरु नानक दियां वारां तों बिना किसी वार विच श्लोक नहीं। वर्ल्ड लेवल दी वारां पढ़ लिओ जे श्लोकां विच वार विच श्लोक दर्ज कीते हैं तां केवल गुरु नानक ने कीते। जिन्नियां बाकी वारां पौड़ियां ही होनियां सारियां वारां पौड़ियां विच उचारियां जानियां ते गुरु ग्रंथ साहिब विच भी दो वारां हन। एक बसंत की वार महल पंजवां उत्थे महला पाठ नहीं हुण अपने कोल ते कन्ना लाता सी। बसंत की वार महल पंजवां ओदियां तीन पौड़ियां ओदे विच श्लोक कोई नहीं है। एक
राम कली दी वार जिहड़ी आपां विचारनी है इहदे विच अठ पौड़ियां ही पौड़ियां, श्लोक कोई नहीं है। पहला वारा विच पौड़ियां ही होंदियां सी, पर गुरु नानक दी लिखत पड़ी है। असा महला पहला वार भी श्लोकां नाल दस रहे ने। नवा कम ए वार तां रचण लगे है पर कलियां पौड़ियां नहीं, एदे विच श्लोक भी है। ए गुरु नानक दी देन, एदे विच अठ पौड़ियां ने। तीन पहलियां पौड़ियां राय बलवंड जी दियां ने, पिछलियां पंज पौड़ियां सत्ता जी दियां ने। हुण वार आरंभ करन लगे, अपनी निम्रता दस रहे ने राय बलवंड जी। उन्हां दी विद्वता तुहानूं बाणी विचों दिखूगी, गुरु के कीर्तनी है किन्नी खोजी पर निम्रता। हे गुरु नानक देव, ए पौड़ी श्री गुरु नानक देव जी दे प्रथाए, हे सतगुरु नानक देव नूं संबोधन करके, ए संसार दे लोको, जिहदा रब नौ वड्डा कर दवे ना, नौ करता कादर करे, नौ कहिए नाम ना वड्याई, जिहनूं रब वड्याई दे दवे, जिहनूं रब ऊंचा कर दवे। राय बलवंड जी कहंदे, इउं बोल होवे जो खीब दे, जोखी जोखड़ा शब्द है, जो खीब दे। मेरे कोल ऐसे केड़े बोल होणगे, केड़ी अकल होवेगी, केड़ा व्याकरण हो, केड़ा ग्रामर होवेगा, केड़ी भाषा होगी, जिहनूं रब वड्डा कर दवे, जिहनूं रब वड्याई दे दवे, मैं केड़े बोला नाल कह सकूंगा। के आखो साधना, क्यों बोल होवे, मेरे कोई बोल होगा, रब दी वड्याई बोलोंगे। गुरु नानक गुरु गोविंद सिंह मुनकर हो गए, तेरे कवन कवन गुण कह कह गावो, तू ठाकर ऊच भगवान, तुमरी मैं मां बन न सको। जब ओही मुनकर हो गए बंदा की कहूगा, एक जी गुण कवन मखाने, सहस फनी शेख अंत न जाने। तुकदा अर्थ समझे हो, गुरु नानक दी वड्याई परमेश्वर ने वड्डी करती, रब ने ही सचखंड कह दिता उन्हों, नानक जो मेरा सो तेरा, जो तेरा सो मेरा, इथे तक कह दिता मेरा ही रूप। राय बलवंड जी कहंदे, जिसने जिस नूं अकाल पुरख ने इनी वड्याई दे दिती, नौ करता कादर करे, नामना वड्याई जिहदा नौ रब वड्डा कर दवे। राय बलवंड जी कहंदे, कोई शब्द नहीं लभणे ओदी वड्याई तोलण खातर, काहदे च मापोंगे, केड़े शब्द तकड़ी च पाओगे कि ओदी वड्याई नूं माप दो, नहीं मापी जानी। अंत ना सिफती, कहण ना अंत, अंत न करणे। मैं फस गया बेचारा शीश नाग, फस गया कहना मैं पंजाबी च। जिदन सृष्टि साजी ना वाहगुरु ने, ये तीन देवते बनाते, एडमिनिस्ट्रेटर प्रबंधक ऑफिसर प्रबंध चलाउणा सी। ब्रह्मा नूं कहिंदे तूं पैदा करी जा, विष्णु नूं कहिंदे रोटी देई जा, शिवजी नूं कहिंदे तूं भई जगह खाली करी जाई, किसे होर ने भी आउणा है, अज के अको सतनाम। जे स्टेशन तों गड्डियां तुरने ना तां आउणगियां कित्थों पिछों, ए शरीर रूपी गड्डियां तुरी जानियां ते तां ही नवीआं होणियां। नाले हुण तां तुसीं पढ़े लिखे इंग्लैंड दे बैठे हो, प्रॉब्लम जनसंख्या दी हो गई, अज के अको सतनाम। हुण तां जनसंख्या दी गिणती हो वध हो गई, एक अरब ते तां इंडिया ही पुज गया अपना सुख नाल। शिवजी भगवान नूं हुक्म है, तू बस स्टैंड खाली करी जाई, ताही नवीआं आउणगियां। तिन्हां नूं ड्यूटियां देती, शिवजी दी शिवपुरी बनाती, ब्रह्मपुरी बनाती। विष्णु कहिंदा मैं नहीं जाणा, भगवान कहिंदे क्यों,
ਕਹਿੰਦਾ ਰੱਬਾ ਅਕਾਲ ਪੁਰਖ ਨਾ ਤਾਂ ਸ਼ਿਵ ਜੀ ਦੀ ਪੁਰੀ ਚ ਕਿਸੇ ਨੇ ਜਾਣਾ ਨਾ ਬ੍ਰਹਿਮਪੁਰੀ ਚ ਜਾਣਾ ਉਹਨੇ ਪੈਦਾ ਕਰਨੇ ਉਹਨੇ ਮਾਰਨੇ ਔਖਾ ਕੰਮ ਮੈਨੂੰ ਦੱਸਿਆ ਤੇ ਮੈਨੂੰ ਦੱਸੇ ਹੈ ਭੰਡਾਰੇ ਡਾਕਾ ਮੇਰੀ ਪੁਰੀ ਚ ਪੈਣਾ ਹੈ ਅੱਜ ਕੇ ਕੋ ਸਤਨਾਮ ਜਿੱਥੇ ਖਜ਼ਾਨਾ ਪਿਆ ਹੋਵੇ ਲੁੱਟਮਾਰ ਉੱਥੇ ਹੁੰਦੀ ਹੈ ਮੇਰੀ ਪੁਰੀ ਉੱਥੇ ਬਣਾ ਜਿੱਥੇ ਕੋਈ ਜਾ ਨਾ ਸਕੇ ਜਿੱਥੇ ਪਈ ਹੁੰਦੀ ਹੈ ਉੱਥੇ ਖੜਕਾ ਤੜਕਾ ਹੁੰਦਾ ਉਹ ਪੰਜਾਬੀ ਬੈਠੇ ਹੋ ਜਿਹਦੇ ਦਾਣੇ ਨੀ ਹੁੰਦੇ ਉੱਥੇ ਤਾਂ ਚੂਹੇ ਵੀ ਨੀ ਜਾਂਦੇ ਯਾਦ ਹੋਣਾ ਪੰਜਾਬੀ ਤੁਹਾਨੂੰ ਚੂਹੇ ਵੀ ਉਹਨਾਂ ਘਰਾਂ ਚ ਹੁੰਦੇ ਹੈ ਜਿੱਥੇ ਦਾਣੇ ਹੈਗੇ ਵਿਸ਼ਨੂੰ ਕਹਿੰਦਾ ਇਹ ਲੁੱਟ ਮਾਰ ਕਰਨ ਵਾਲੇ ਬਹੁਤ ਹੈ ਮੇਰੀ ਪੁਰੀ ਉੱਥੇ ਬਣਾ ਜਿੱਥੇ ਕੋਈ ਜਾ ਨਾ ਸਕੇ ਕਹਿੰਦੇ ਕਿਤੇ ਬਣਾਵਾ ਪਤਾਲ ਦੇ ਵਿੱਚ ਸਮੁੰਦਰ ਦੇ ਹੇਠ ਨਾਰਾਇਣ ਨਾਰ ਕਹੀਏ ਪਾਣੀ ਐਨ ਕਹੀਏ ਘਰ ਨਾਰ ਕਹੀਏ ਮਾਇਆ ਐਨ ਕਹੀਏ ਘਰ ਪਤਾਲ ਦੇ ਵਿੱਚ ਹੈ ਵਿਸ਼ਨੂਪੁਰੀ ਕਹਿੰਦਾ ਜੀ ਮੈਂ ਬੈਠੂਗਾ ਕਾਹਦੇ ਉੱਤੇ ਉੱਥੇ ਕੋਲ ਬੈਠਾ ਜੀ ਸ਼ੇਸ਼ਨਾਗ ਉਹ ਕਹਿੰਦਾ ਇਹ ਸੇਵਾ ਕਹਿੰਦਾ ਮੈਨੂੰ ਦੇ ਦੋ ਜਿਵੇਂ ਤੁਸੀਂ ਕਈ ਵਾਰ ਪੁੱਛ ਲੈਂਦੇ ਹੋ ਬਾਬਾ ਜੀ ਕੋਈ ਸੇਵਾ ਬਖਸ਼ੋ ਜੇ ਗਾਹਾਂ ਤੇ ਬਾਬਾ ਪਾਣੀ ਦਾ ਗਲਾਸ ਮੰਗ ਲਵੇ ਨਾ ਉੱਚੀ ਖੜਾ ਸਿੱਖ ਦੂਏ ਨੂੰ ਹਾਕ ਮਾਰੂਗਾ ਉਹ ਲਿਆ ਹੀ ਪਾਣੀ ਪਿਲਾਉਣਾ ਬਾਬੇ ਨੂੰ ਟ੍ਰਾਂਸਫਰ ਕਰ ਦਿੰਦਾ ਜਿਹਦੇ ਆਡਰ ਗਾਹਾਂ ਦਾ ਦੂਆ ਪਤਾ ਨੀ ਧੀਏ ਨੂੰ ਹੀ ਟ੍ਰਾਂਸਫਰ ਕਰ ਦਵੇ ਇੰਨੇ ਨੂੰ ਪੀਣ ਵਾਲਾ ਜੇ ਆਇਆ ਜਿਹਨੇ ਨੂੰ ਗਲਾਸ ਆਉਣਾ ਉਹਨੇ ਉੱਥੇ ਰਹਿਣਾ ਹੀ ਨਹੀਂ ਇਹ ਸਾਡੀ ਸੇਵਾ ਹੈ ਗੁਰ ਪੀਰਾ ਕੀ ਚਾਕੜੀ ਮੋਹ ਕਰਣੀ ਸੁਖ ਸੌਖੀ ਕਹਿਣੀ ਸੁਖ ਸ਼ੇਸ਼ਨਾਗ ਕਹਿੰਦਾ ਇਹ ਵਿਸ਼ਨੂੰ ਦੇ ਬੈਠਣ ਦੀ ਸੇਵਾ ਮੈਂ ਕਰੂੰਗਾ ਹੁਣ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਵਿਸ਼ਨੂੰ ਬੈਠੇ ਹੈ ਪਤਾਲ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਮੰਨ ਰਹੇ ਹੈ ਮੈਂ ਨੀ ਕਹਿ ਰਿਹਾ ਬੈਠੇ ਕਹਿੰਦੇ ਤੂੰ ਕਰ ਲੈ ਇੰਗਲੈਂਡ ਚ ਵੀ ਕੱਪੜਾ ਬਣਦਾ ਹੋਣਾ ਚੀਨ ਦੀ ਰੇਸ਼ਮ ਅਸਾਮ ਦੀ ਰੇਸ਼ਮ ਬਹੁਤ ਮੁਲਾਇਮ ਹੈ ਪਰ ਕੁਦਰ ਦੇਖੋ ਰੱਬ ਦੀ ਸੱਪ ਦੇ ਸਰੀਰ ਵਰਗਾ ਮੁਲਾਇਮ ਕੱਪੜਾ ਦੁਨੀਆਂ ਚ ਨਹੀਂ ਬਣੂਗਾ ਰੱਜ ਕੇ ਆਖੋ ਸਦਾ ਇਹ ਉਹਦੀ ਕੁਦਰਤ ਜਿੰਨਾ ਮੁਲਾਇਮ ਉਹਦਾ ਸਰੀਰ ਹੈ ਨਹੀਂ ਬਣੂਗਾ ਮੇਰੀ ਸੇਜਾ ਤੇ ਬੈਠੇ ਹੋ ਉਹ ਵੀ ਪਟਾਲਾ ਚ ਰਹਿੰਦੇ ਹੁਣ ਸੇਵਾ ਮੰਗਤਾ ਲਈ ਵਿਸ਼ਨੂੰ ਕਹਿੰਦਾ ਆ ਚੱਲੀਏ ਹੁਣ ਮਾਰ ਚੌਕੜੀ ਮੈਂ ਬੈਠਾ ਉੱਥੇ ਜਦ ਤੁਰਨ ਲੱਗਿਆ ਨਾ ਸ਼ੇਸ਼ਨਾਗ ਫਿਰ ਯਾਦ ਆ ਗਿਆ ਵੀ ਉੱਥੇ ਰਿਟਾਇਰਮੈਂਟ ਤਾਂ ਹੈ ਹੀ ਨਹੀਂ ਨਾ ਉੱਥੇ ਸੰਡੇ ਆਉਣੀ ਹੈ ਨਾ ਉੱਥੇ ਕ੍ਰਿਸਮਿਸ ਦੀ ਛੁੱਟੀ ਆਉਣੀ ਹੈ ਮੈਂ ਤਾਂ ਦੇਖ ਜਦ ਬੈਠ ਗਿਆ ਤੇ ਬੈਠ ਗਿਆ ਬਸ ਫਿਰ ਪਤਾ ਲੱਗਿਆ ਵੀ ਉੱਥੋਂ ਛੁੱਟੀ ਨਹੀਂ ਹੋਣੀ ਭਗਵਾਨ ਨੂੰ ਕਹਿੰਦਾ ਭਗਵਾਨ ਮੈਂ ਬੈਠ ਤਾਂ ਜਾਂਦਾ ਛੁੱਟੀ ਕਰ ਦਵੇਗਾ ਰਿਟਾਇਰਮੈਂਟ ਕਦ ਕਰੇਗਾ ਮੇਰੀ ਭਗਵਾਨ ਕਹਿੰਦੇ ਤੂੰ ਹੀ ਦੱਸ ਕੀ ਗੁਣ ਗਾਓਗੇ ਕਿਹੜੇ ਬੋਲ ਕੱਢੋਗੇ ਉਹਦੇ ਖਾਤਰ ਕਿਉਂ ਬੋਲ ਹੋਵੇ ਜੋਖੀ ਤਕੜੀ ਚ ਕਿਹੜਾ ਵੱਟਾ ਪਾਓਗੇ ਉਹਨੂੰ ਤੋਲਣ ਖਾਤਰ ਕਿਹੜੀ ਸ਼ਿਵਤੀ ਦੇ ਬੋਲ ਲਿਆਓਗੇ ਰਾਏ ਬਲਵੰਡ ਜੀ ਕਹਿੰਦੇ ਨਹੀਂ ਕੋਈ ਬੋਲ ਨਹੀਂ ਕੋਈ ਵੱਟਾ ਆਪਣੇ ਵੱਟੇ ਪਤਾ ਕਿਹੋ ਜਿਹੇ ਨੇ ਗੁਰੂ ਨਾਨਕ ਤੋਂ ਪੁੱਛ ਲਓ ਧਰਤੀ ਪਾਣੀ ਪਰਬਤ ਪਹਾੜ ਵਾਹਿਗੁਰੂ ਤਾਂ ਪਰਬਤਾਂ ਤੋਂ ਵੀ ਪਾਰ ਹੈ ਧਰਤੀ ਤੋਂ ਵੀ ਪਾਰ ਹੈ ਸਮੁੰਦਰਾਂ ਤੋਂ ਵੀ ਵੱਡੇ ਕਿਉਂ ਕੰਡੇ ਤੋਲੇ ਸੁਨਿਆਰ ਅਜੀਲੀ ਦੀਆਂ ਦੁਕਾਨਾਂ ਹੈਗੀਆਂ ਇੱਥੇ ਕਿਸੇ ਸੁਨਿਆਰ ਨੂੰ ਕਹੀਏ ਤੂੰ ਇੰਗਲੈਂਡ ਵਾਲਾ ਸਮੁੰਦਰ ਤੋਲ ਆਪਣੀ ਕੰਡੀ ਦੇ ਤੋਲ ਦੂ ਤੂੰ ਧਰਤੀ ਨੂੰ ਤੋਲ ਸੁਨਿਆਰ ਦੀ ਕੰਡੀ ਨਹੀਂ ਤੋਲ ਸਕਦੀ ਕੀ ਤੋਲੂਗੀ ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪਜਾਏ ਸੁਨਿਆਰ ਦੀ ਕੰਡੀ ਤਾਂ ਤੋਲੇ ਰਤੀਆਂ ਮਾਸਾ ਤੋਲ ਸਕਦੀ ਹੈ ਧਰਤੀ ਨੂੰ ਕਿੱਥੇ ਤੋਲੂ ਵਾਹਿਗੁਰੂ ਧਰਤੀ ਪਾਣੀ ਪਰਬਤ ਭਾਰ ਹੈ ਸਾਡੇ ਬੁੱਧੀ ਦੀ ਅਕਲ ਦੀ ਕੰਡੀ ਤਾਂ ਸੁਨਿਆਰ ਦੀ ਕੰਡੀ ਹੈ ਅੱਜ ਕੇ ਆਖੋ ਸਤਨਾਮ
ਇਹਦੇ ਵਿੱਚ ਰੱਬ ਨੂੰ ਕਿਉਂ ਬੋਲ ਹੋਵੇ ਜੋਖੀ ਕਾਹਦੇ ਨਾਲ ਜੋਖੋਂਗੇ ਰੱਬ ਨੂੰ ਕਿਹਦੇ ਗੱਲਾਂ ਨਾਲ ਕਿਹੜੇ ਲਫ਼ਜ਼ਾਂ ਨਾਲ ਉਹ ਕਹਿੰਦਾ ਜੀ ਮੈਂ ਤੇਰਾ ਨਾਮ ਜਪੂੰਗਾ ਉੱਥੇ ਤੇਰੇ ਗੁਣ ਗਾਉ ਸ਼ੇਸ਼ਨਾ ਕਹਿੰਦਾ ਤੇ ਜਿੱਦਣ ਤੇਰੇ ਗੁਣ ਪੂਰੇ ਹੋ ਗਏ ਨਾ ਉਦਣੇ ਮੈਨੂੰ ਰਿਟਾਇਰ ਕਰ ਦੇ ਤੇ ਗਾਉਂਗਾ ਵੀ ਪਤਾ ਕਿਵੇਂ ਜਿਹੜਾ ਅੱਜ ਨਾਂ ਲੈ ਲਿਆ ਕੱਲ ਨੂੰ ਨੀ ਲੈਣਾ ਨਵ ਧਨ ਨਾਮ ਨਿਤ ਨਵਾਂ ਨਾਮ ਅੱਜ ਰਾਮ ਕਿਹਾ ਕੱਲ ਨੂੰ ਹਰ ਕਿਹਾ ਪਰਸੋਂ ਨੂੰ ਨਰੈਣ ਚੌਥੇ ਨੂੰ ਅੱਲਾ ਛੇਵੇਂ ਸੱਤਵੇਂ ਨੂੰ ਵਿਸ਼ਨੂੰ ਨਿਤ ਨਵਾਂ ਨਾਮ ਮਾਰੂ ਰਾਗ ਪੜੋ ਹੁਣ ਰਾਏ ਬਲਵੰਡ ਜੀ ਕਹਿੰਦੇ ਕਿਹੜੇ ਬੋਲ ਲਿਆ ਵਾ ਤੈਨੂੰ ਤੋਲਣ ਖਾਤਰ ਕਿਹੜਾ ਵੱਡਾ ਪਾਵਾਂ ਤੇਰੀ ਉਮਾ ਕਰਨ ਖਾਤਰ ਤੇਰਾ ਨਾਂ ਰੱਬ ਨੇ ਵੱਡਾ ਕਰ ਦਿੱਤਾ ਤੈਨੂੰ ਵਡਿਆਈ ਰੱਬ ਨੇ ਦਿੱਤੀ ਏ ਮੈਂ ਕਿਹੜੇ ਬੋਲਾਂ ਨਾਲ ਤੇਰੀ ਵਡਿਆਈ ਕਰਾਂ ਕਿਉਂ ਬੋਲ ਹੋਵੇ ਜੋ ਖੀਵਦੇ ਕਾਹਦੇ ਨਾਲ ਜੋਖਾ ਅੱਜ ਤੱਕ ਬੈਠੇ ਵਧਿਆ ਸ਼ੇਸ਼ ਨਾਗ ਜਿੱਦਣ ਦੀ ਸ੍ਰਿਸ਼ਟੀ ਸਾਜੀ ਏ ਆਪਾਂ ਇੱਕ ਜੀਵ ਨਾਲ ਕਵਾਂਗੇ ਉਹਦਾ ਹਜ਼ਾਰ ਮੂੰਹ ਹੈ ਹਜ਼ਾਰ ਜੀਵ ਨਾਲ ਕਹਿੰਦਾ ਇੱਕ ਜੀ ਗੁਣ ਕਵਣ ਵਖਾਨੇ ਸਹਿਸ ਫਨੀ ਸੇਖ ਅੰਤ ਨਾ ਜਾਣੇ ਅੱਜ ਤੱਕ ਕਰ ਕੀ ਰਿਹਾ ਨਵ ਧਨ ਨਾਮ ਜਪੈ ਦਿਨ ਰਾਤੀ ਹਰ ਰੋਜ਼ ਰੱਬ ਦਾ ਨਵਾਂ ਨਾਂ ਲੈਂਦਾ ਜਿਹੜਾ ਅੱਜ ਲੈ ਲਿਆ ਕੱਲ ਨੀ ਲੈਣਾ ਸਿਆਣੇ ਬੈਠੇ ਹੋ ਕਿੱਥੇ ਪੁੱਜਿਆ ਪੁੱਜਿਆ ਕਿੱਥੇ ਕਦੀ ਕਿਸੇ ਸ਼ੀਸ਼ਾ ਜੀ ਹੈ ਕਿੰਨੇ ਕੁ ਨਾਂ ਲੈ ਲਏ ਹੋਣੇ ਪਰ ਪੁੱਜਿਆ ਕਿੱਥੇ ਇੱਕ ਗੁਣ ਨਾ ਹੀ ਪ੍ਰਭ ਕਹਿ ਸੰਗ ਇੱਕ ਗੁਣ ਕੀ ਅਰਥ ਕਰੋਗੇ ਵਾਹਿਗੁਰੂ ਦੇ ਤਿੰਨ ਗੁਣ ਰਜੋ ਸਤੋ ਤਮੋ ਤਿੰਨ ਗੁਣ ਹੈ ਰੱਬ ਦੇ ਤਿੰਨ ਗੁਣੀ ਤੇ ਭਵਨ ਵਿਆਪਿਆ ਗੁਰੂ ਅਰਜਨ ਕਹਿੰਦੇ ਜਿੱਦਣ ਦੀ ਸ੍ਰਿਸ਼ਟੀ ਸਾਜੀ ਹੈ ਉਦਣ ਦਾ ਇੱਕ ਨਵਾਂ ਨਾਂ ਲੈਂਦਾ ਪਰ ਤਿੰਨਾਂ ਗੁਣਾਂ ਵਿੱਚੋਂ ਅਜੇ ਇੱਕ ਗੁਣ ਦੇ ਨਾਂ ਵੀ ਪੂਰੇ ਨੀ ਹੋਏ ਅੱਜ ਕਿਹਾ ਕੋਲ ਸਭ ਨਾਮ ਦੋ ਪੈਂਡਿੰਗ ਪਏ ਇੱਕ ਗੁਣ ਨਾ ਹੀ ਅਜੇ ਰਜੋ ਗੁਣ ਵੀ ਨੀ ਪੂਰੇ ਹੋਏ ਰਾਏ ਬਲਵੰਡ ਜੀ ਨਿਮਰਤਾ ਵਿੱਚ ਆ ਗਏ ਹੇ ਗੁਰੂ ਅਰਜਨ ਤੁਸੀਂ ਕਹਿੰਦੇ ਹੋ ਵੱਡਿਆਂ ਦੀ ਸਿਫਤ ਕਰੋ ਜਿਹੜੇ ਮੂੰਹ ਨਾਲ ਨਿੰਦਿਆ ਕੀਤੀ ਹੈ ਸਿਫਤ ਕਰੋ ਮੇਰੇ ਵਿੱਚ ਕੀ ਸ਼ਕਤੀ ਹੈ ਗੁਰੂ ਨਾਨਕ ਦੀ ਵਡਿਆਈ ਰੱਬ ਨੇ ਵੱਡੀ ਕਰ ਦਿੱਤੀ ਆਪਣਾ ਬਰਾਬਰ ਬਣਾ ਲਿਆ ਮੇਰੇ ਕੋਲ ਕੋਈ ਬੋਲ ਨਹੀਂ ਹੈ ਕਿਉਂ ਬੋਲ ਹੋਵੇ ਕਿਵੇਂ ਬੋਲਾਂ ਉਹਨਾਂ ਦੀ ਵਡਿਆਈ ਕਿਹੜੇ ਸ਼ਬਦਾਂ ਵਿੱਚ ਬੋਲਾਂ ਉਹਨਾਂ ਦੀ ਵਡਿਆਈ ਨੂੰ ਕਾਹਦੇ ਨਾਲ ਜੋਖਾਂ ਇੱਕ ਹੋਰ ਅਰਥ ਸੁਣ ਲਓ ਰਿਕਾਰਡਿੰਗ ਕਰ ਰਹੇ ਨੇ ਮੰਡੂਨੀਆ ਦੀ ਪਤਾ ਨੀ ਕਿੱਥੇ ਕਿੱਥੇ ਮੇਰੀ ਚੋਰੀ ਕਰਕੇ ਵੰਡਣ ਗਏ ਅੱਜ ਕਿਹਾ ਕੁਛ ਪਤਾ ਨੀ ਕਿੱਥੇ ਕਿੱਥੇ ਪਹੁੰਚਾ ਦੇਣੀ ਇਹਨਾਂ ਨੇ ਨੌ ਕਰਤਾ ਕਾਦਰ ਕਰੇ ਅਗਲਾ ਅਰਥ ਇੱਥੇ ਨੌ ਕਹੀਏ ਨਿਓ ਇਨਸਾਫ ਇਨਸਾਫ ਉਹ ਵਾਹਿਗੁਰੂ ਇਨਸਾਫ ਕਰਦਾ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਸੱਚੇ ਪਾਠ ਹੈ ਸੱਚੋ ਸੱਚ ਨੀ ਉੱਥੇ ਸੱਚੇ ਹੀ ਸੱਚ ਨਿਬੜੇ ਕੀ ਅਰਥ ਹੋਏ ਅਗਲੀ ਦਰਗਾਹ ਵਿੱਚ ਜੱਜ ਸੱਚੇ ਨੇ ਉੱਥੇ ਸੱਚੇ ਮਜਿਸਟਰੇਟ ਸੱਚੇ ਨੇ ਜਿੱਥੇ ਜੱਜ ਸੱਚਾ ਹੋਊਗਾ ਇਨਸਾਫ ਵੀ ਸੱਚਾ ਹੋਵੇਗਾ ਅੱਜ ਕੇ ਆਖੋ ਸਤਨਾਮ ਉੱਥੇ ਸੱਚੇ ਹੀ ਸੱਚ ਨਿਬੜ ਜੱਜ ਸੱਚੇ ਨੇ ਫੈਸਲਾ ਸੱਚਾ ਨੌ ਕਰਦਾ ਅਕਾਲ ਪੁਰਖ ਨਿਓ ਕਰਦਾ ਤੇਰੇ ਘਰ ਸਦਾ ਸਦਾ ਹੈ ਨਿਓ ਗੁਰੂ ਨਾਨਕ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ ਜਾਂ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੇ ਕਿਹਾ ਚੁਗਲ ਕਾ
हरकी बड़ियाई बड़ी है। पुछिया दान देव का हरकी बड़ियाई बड़ी है जा न्याओ है धर्म का ओरी बड़ियाई है। ओ धर्म का न्याओ इंसाफ राय बलवंत जी कहते जद उ इंसाफ होने ना अपने कर्मा का क्यों बोल हो गए कोई कहूगा नहीं ये इंसाफ गलत है ते अपील करनी पवेगी और वकील कर लेने जो इंसाफ रब ने करता है ते थोनी बोल होना जो हो गया सो हो गया उथे रिश्तेदार छड़ाउणगे माया छड़ाऊगी कहदी मेरे तो 10 मिलियन पए हैं यूके च ये बोल चलणगे इत्थे मैं तो प्राइम मिनिस्टर सी इंग्लैंड का यह बोल उथे चलणगे क्यों बोल होवे जद रब ने इंसाफ करना बोल नहीं होना क्योंकि सच दे मूहरे बोलिया नहीं जाता गज के आखो सतना यह भी अर्थ महापुरश करते राय बलवंत जी कहते गुरु अर्जन जी तुसी मैनू हुक्म करता वड्या की उस्तत कर पर गुरु नानक दी नाम ना वड्याई रब ने उची कर दी मेरे कोई बोल नहीं है मैं उन्हां दी सिफत करा जे गुना सत भैन भराव है पारंगत दान पड़ी वदै इथे फिर दे पाठ है दे गुना पर जद अर्थ करने है दैवी गुण देखो समझो बाणी नू दे गुना नी दैवी गुण केड़े ने सत संतोख धर्म धीरज वैराग खट संपदा दैवी गुण केड़े ने करना मैत्री मुदता अपेक्षा कोई संस्कृत पढ़िया सुनदा हुंदा बाहर करना मुदता मैत्री अपेक्षा ये चार दैवी गुण ने राय बलवंत जी कहंदे गुरु अर्जन देव तुसी मैनू कहने हो गुरु नानक दी सिफत कर मेरे कोल बोल नहीं है पारंगत दान पड़ी वदे इनू समझो पारंगत इस संसार तो पार लंघना पारगत गत हुंदा चाल चलना लंघ जाना पड़ी वदे प्रोसीजर साधन जरिया किसे जरिए नाले लंघ देना भाषा समझो हे गुरु अर्जन देव श्री गुरु नानक देव कहे दे हन जिन्हां शुभ गुणा दे नाल दुनिया पाप सागर नूं लंघदी है दे गुणा पहन पराव है पारंगत दान जिस बख्शिश दे नाल साधन दे नाल दुनिया समुद्र तो पार होंदी है ना चंगे गुणे लंघाउणे ਉਹ ਗੁਰੂ ਨਾਨਕ ਦੇ ਭੈਣ ਭਰਾ ਨੇ ਅੱਜ ਕੇ ਆਖੋ ਸਤਨਾਮ ਦੇਖੋ ਕਿੰਨੀ ਵਡਿਆਈ ਜਿਹੜੇ ਚੰਗੇ ਗੁਣ ਸੰਸਾਰ ਤੋਂ ਬਾਹਰ ਕਰਨ ਵਾਸਤੇ ਦਾਨ ਬਖਸ਼ਿਸ਼ ਮੰਗਦੇ ਆਪਾਂ ਸ਼ੁਭ ਗੁਣ ਦੇ ਚੰਗੇ ਕਰਮ ਦੇ ਸਨ ਲੰਘ ਜੀਏ ਉਹ ਤਾਂ ਗੁਰੂ ਨਾਨਕ ਦੇ ਭੈਣ ਭਾਈ ਹੈ ਕੋਲੇ ਹੀ ਰਹੇ ਨੇ ਇਹਦੇ ਭੈਣ ਭਰਾ ਤੁਸੀਂ ਇੱਥੋਂ ਕੀ ਲੈਣਾ ਅਰਥ ਹੁਣ करो जो मर्जी कमाई करो इंजीनियर बनो डॉक्टर बनो लहर बनो संत भी बने फिर कोई गल नहीं बने इना किसे चीज ने गाह नहीं जाना कीते हुए गुण औगुणा ने गाह जाना है अज के आखो सतना भैन भरा होंगे ने औखे समय कोल खड़े भैन भरा का ही मतलब ਜਦ ਔਖਾ ਸਮਾਂ ਪੈਣੇ ਇਹੀ ਭੈਣ ਭਰਾ ਨੇ ਉੱਥੇ ਇੱਥੇ ਵਾਲੇ ਨੇ ਨਾਲ ਨਹੀਂ ਜਾਣਾ ਇੱਥੇ ਵਾਲੇ ਤਾਂ ਬਸ ਫਿਊਨਰਲ ਤੱਕੇ ਜਾਂਦੇ ਹੈ ਅੱਜ ਕੇ ਆਖੋ ਸਤ ਕੋਈ ਜਾਊਗਾ ਨਾ ਨਾ ਬਸ ਸਸਕਾਰ ਤੱਕ ਗੁੱਸੇ ਨਾ ਕਰੇ ਉਹ ਮੈਂ ਵੀ ਤਾਂ ਇਹ ਜਿਹੀ ਹੈ ਸਸਕਾਰ ਤੱਕ ਵੀ ਵਧੇ ਵਧੇ ਜਾਂਦੇ ਹੈ ਕੀ ਕਹਿਣਗੇ ਦੇ ਨਾਲ ਨਹੀਂ ਗਏ ਬਾਣੀ ਚ ਸੁਣਿਆ ਕੀ ਲਿਖਿਆ ਇਹਨਾਂ ਰਿਸ਼ਤੇਦਾਰਾਂ ਨੂੰ ਭੈਣ ਭਰਾ ਖਰੀ ਪੁ
ਆ ਭਾਈ ਮੁਹਾਂ ਮਾਰ ਕੇ ਰੋਣਗੇ ਵਿਛੋੜਾ ਰੋਨੇ ਹੋ ਨਾ ਉਹ ਬਾਬੇ ਨਾਨਕ ਨੇ ਨੀ ਕਿਸੇ ਦੀ ਲਿਹਾਜ਼ ਕਰੀ ਡਾਂਕਾ ਮਾਰ ਕੇ ਕਹਿ ਦਿੱਤਾ ਰੋਵਣ ਵਾਲੇ ਜੇਤੜੇ ਇਹ ਜਿਹੜੇ ਤੇਰੇ ਆਲੇ ਦੁਆਲੇ ਬੈਠੇ ਰੋ ਰਹੇ ਨਾ ਤੈਨੂੰ ਪਿੱਟਦੇ ਹੈ ਬੁੱਬਾ ਮਾਰਦੇ ਸਭ ਬੰਨੇ ਪੰਡ ਪਰਾਲ ਇਹਨਾਂ ਨੇ ਤੈਨੂੰ ਐ ਫੂਕਣੇ ਜਿਵੇਂ ਪਰਾਲੀ ਦੀ ਪੰਡ ਬੰਨ ਕੇ ਫੂਕੀ ਦੀ ਹੈ ਅੱਜ ਕੇ ਆਖੋ ਸਭ ਬੰਨੇ ਪੰਡ ਪਰਾਲ ਬੜੀਆਂ ਖਰੀਆਂ ਚੀਜ਼ਾਂ ਬਾਣੀ ਵਿੱਚ ਪਰ ਬਹੁਤੀਆਂ ਖਰੀਆਂ ਜੇ ਤੁਹਾਨੂੰ ਸੁਣਾ ਦੋ ਨਾ ਫਿਰ ਤੁਹਾਡੇ ਪਾਉਂਡ ਨਿਕਲਣ ਤੇ ਬੰਦ ਹੋ ਜਾਂਦੇ ਇਸ ਕਰਕੇ ਔਖਾ ਹੀ ਹੈ ਸੁਣਾਉਣਾ ਗੱਲ ਤਾਂ ਤੁਹਾਡੇ ਪਾਉਂਡਾਂ ਦੀ ਹੈ ਖਰੇ ਕੋਠੇ ਤੇ ਇੱਥੇ ਮੈਂ ਲੈਣਾ ਕੀ ਹੈ ਡੰਗ ਟਪਾਓ ਤੇ ਤੁਰਦੇ ਹੋ ਦੋ ਵੀਖਦੇ ਚ ਰਹਿਣਾ ਤੂੰ ਵੇਖ ਵੀ ਪਾਉਂਡ ਕਿਵੇਂ ਹਿਲਦੇ ਨੇ ਤੈਨੂੰ ਕੀ ਲੈਣਾ ਬਾਣੀ ਦੇ ਅਰਥ ਗੁਰਸਿੱਖ ਪਿਆਰੇ ਹੋ ਐਡੀ ਸੱਚੀ ਇਹ ਜਿਹੜੇ ਭੈਣ ਭਰਾ ਨੇ ਪੰਡ ਬੰਨ ਕੇ ਤੈਨੂੰ ਐਨ ਸਾਹਮਣੇ ਨਾਲੇ ਤੁਸੀਂ ਪੰਜਾਬ ਚੋ ਹੀ ਆਏ ਹੋ ਇੱਥੇ ਤਾਂ ਕੁਝ ਹੋਰ ਸਿਸਟਮ ਹੈ ਕਰਦੇ ਤਾਂ ਹੋਣੇ ਤੁਸੀਂ ਮੈਂ ਤਾਂ ਕਿਤੇ ਗਿਆ ਨੀ ਉੱਥੋਂ ਜਦੋਂ ਸੰਸਕਾਰ ਕਰਕੇ ਆਈਦਾ ਨਾ ਬਾਪੂ ਨੂੰ ਆਉਂਦੇ ਹੋਏ ਪੰਜ ਸ਼ਨਾਨਾ ਕਰਨਗੇ ਕਿਤੇ ਬਾਪੂ ਲੱਤਾਂ ਨਾਲ ਜਿੰਬੜਿਆ ਨਾ ਰਹਿ ਜਾਵੇ ਵਾਹ ਤੁਹਾਡੇ ਪੁੱਤ ਵਾਹ ਤੁਹਾਡੇ ਭੈਣ ਭਾਈ ਇਹ ਭੈਣ ਭਰਾ ਕਿੰਨੇ ਮੱਚਾਂ ਬਦੇ ਨੇ ਕੁੜੀਆਂ ਕਰਦੇ ਆ ਕਿਤੇ ਦੰਦਾਂ ਚ ਫਸਿਆ ਨਾ ਰਹਿ ਜਾਵੇ ਆ ਰਿਸ਼ਤੇਦਾਰੀ ਆਪਣੀ ਕਰਕੀ ਨਾਲ ਬਹੁਤ ਜਿੱਦਾਂ ਸਿਓ ਸਦਾ ਰਹਿਤ ਸੰਗ ਲਾ ਗਈ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਹੁਣ ਸੁਣੋ ਭੈਣ ਭਰਾ ਕੌਣ ਹੈ ਤੁਹਾਡੇ ਦੈਵੀ ਗੁਣ ਦੇ ਗੁਣਾ ਭੈਣ ਭਰਾ ਹੈ ਜਿਹੜੇ ਚੰਗੇ ਕਰਮ ਇੱਥੇ ਕਰਕੇ ਜਾਵੇਗਾ ਸ਼ੁਭ ਗੁਣ ਖੱਟ ਕੇ ਜਾਵੇਗਾ ਜਿਵੇਂ ਇੱਥੇ ਭੈਣ ਭਰਾ ਖੜਦੇ ਹੈ ਨਾ ਦੁੱਖ ਸੁੱਖ ਵਿੱਚ ਉੱਥੇ ਤੇਰੇ ਗੁਣ ਖੜਨਗੇ ਕਚਹਿਰੀ ਦੇ ਵਿੱਚ ਪੜੋ ਬਾਣੀ ਵਿੱਚੋਂ ਫਰੀਦਾ ਅਮਲ ਦੇ ਕੀਤੇ ਦੁਨੀ ਵਿੱਚ ਸਿਰ ਦਰ ਗਏ ਹੋਊਗਾ ਕੋਈ ਭੈਣ ਭਾਈ ਗਵਾਹੀ ਦਊਗਾ ਉੱਥੇ ਨਵੇਂ ਤਾਂ ਤਾਂ ਜੇ ਕੋਲ ਹੋਵੇ ਉੱਥੇ ਤਾਂ ਹੋਣਾ ਹੀ ਗਵਾਹੀ ਉਸੇ ਦੀ ਜਿਹੜਾ ਕਚਹਿਰੀ ਚ ਖੜਾ ਹੋਵੇ ਟੈਲੀਫੋਨ ਤੇ ਗਵਾਹੀ ਕਿਤੇ ਹੋ ਸਕਦੀ ਨਾ ਨਾ ਖੜਾ ਕੇ ਗਵਾਹੀ ਜਦ ਦੇਸ਼ ਉੱਥੇ ਹੋਣਾ ਹੀ ਨੀ ਤਾਂ ਹੀ ਫਰੀਦ ਜੀ ਨੂੰ ਲਿਖਣਾ ਪਿਆ ਸਾਡੇ ਤ੍ਰੈਵਣ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਧਾ ਸੋਹਣੀ ਬਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਬੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਅੱਗੇ ਉਹਨੂੰ ਗਾਂ ਤੋਰਦੇ ਉਹਨੇ ਮੂਹਰੇ ਤੇ ਕਿਤੇ ਪਿੱਛੇ ਤੋਰਦਾ ਮੁੜਨਾ ਜਾਵੇ ਲਿਖੇ ਰੱਖੋ ਅੱਗੇ ਸਾਰੇ ਤੇ ਮੂਹਰੇ ਲਾਉਂਦੇ ਉਹਨੂੰ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਚਾਰ ਜਣਿਆਂ ਦੇ ਕੰਧੇ ਤੇ ਕਿਤੇ ਅੰਗਰੇਜ਼ ਵਾਲੇ ਹੋ ਅੰਗਰੇਜ਼ੀ ਪੜ੍ਹੇ ਗੱਲ ਦਰਦ ਨਾ ਕਰ ਲਿਓ ਕਿ ਮਹਾਰਾਜ ਨੇ ਕੰਨੇ ਤੇ ਲਿਖਿਆ ਇੱਥੇ ਤਾਂ ਕਾਰਾਂ ਚ ਜਾਂਦੇ ਕਾਰ ਦੇ ਵਿਚਾਰੇ ਟਹਿਰ ਹੁੰਦੇ ਅੱਜ ਕਿਹਾ ਕੋਸ਼ਤ ਨਾ ਉਹ ਵਿਚਾਰਾ ਟਹਿਰਾਂ ਤੇ ਤੁਰਦੀ ਹੈ ਚੌਂ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਏ ਆਏ ਤੁਹਾਡੇ ਘਰ ਪੁੱਤ ਜੰਮਿਆ ਹੋਵੇ ਮੁੰਡੇ ਦਾ ਵਿਆਹ ਹੋਵੇ ਕੋਠੀ ਦੀ ਛੱਡੀ ਹੋਵੇ ਬੇਬੇ ਬਾਪੂ ਚੜਾਈ ਕਰ ਗਏ ਹੋਣ ਕੋਈ ਵਿਛੋੜਾ ਪੈ ਗਿਆ ਹੋਵੇ ਅਤੀ ਦੁੱਖ ਹੋਵੇ ਸਮਾਪਤੀ ਕਦ ਹੋਣੀ ਹੈ ਦੀਵਾਨ ਦੀ ਸਾਰੀ ਸਮਾਪਤੀ ਕਦ ਹੋਏਗੀ ਜਦ ਸਲੋਕ ਪੜੇਗਾ ਪਾਵਣ ਗੁਰੂ ਮੁੰਡੇ ਦੇ ਵਿਆਹ ਨੂੰ ਵੀ ਬਾਪੂ ਦੇ ਮਰੇ ਨੂੰ ਵੀ ਇੱਕੋ ਸਲੋਕ ਦੋਹਾਂ ਹਾਲਤਾਂ ਵਿੱਚ ਤੈਨੂੰ ਯਾਦ ਰਵੇ ਚੰਗੇ ਆਈਆਂ ਬੁਰੇ ਆਈਆਂ ਵਾਜੇ ਇਹ ਸਲੋਕ ਐਵੇਂ ਨੀ ਪੜਿਆ ਜਾਂਦਾ
ਇਹ ਗੱਲ ਤੈਨੂੰ ਯਾਦ ਰਖਾਉਣ ਖਾਤਰ, ਚਾਹੇ ਸੁਖ ਹੈ ਦੁੱਖ ਹੈ, ਚਾਹੇ ਜਨ ਚੜ੍ਹਨੀ ਹੈ ਚਾਹੇ ਜਨਾਜ਼ਾ ਨਿਕਲਣਾ, ਸਲੋਕ ਹੀ ਪੜਿਆ ਜਾਊਗਾ। ਤੈਨੂੰ ਯਾਦ ਰਵੇ ਉੱਥੇ ਕਰਮੀ ਆਪੋ ਆਪਣੀ ਕੇ ਨੇੜੇ। ਇੱਥੇ ਰਾਏ ਬਲਵੰਡ ਜੀ ਕਹਿ ਰਹੇ ਨੇ, ਇਹ ਸਤਿਗੁਰ ਨਾਨਕ ਜਿਨ੍ਹਾਂ ਸ਼ੁਭ ਗੁਣਾਂ ਦੇ ਨਾਲ ਬੰਦਾ ਰੱਬ ਤੋਂ ਦਾਨ ਮੰਗਦਾ ਹੈ, ਬਖਸ਼ਿਸ਼ ਮੰਗਦਾ, ਇਹਨੂੰ ਪਰੰਗਤ ਨਾ ਧਰਨ ਵਾਲਾ ਨਾ ਲੰਘਣ ਵਾਲਾ ਸਾਗਰ ਲੰਘ ਜਾਵਾਂ ਮੈਂ, ਉਹ ਗੁਰੂ ਨਾਨਕ ਦੇ ਭੈਣ ਭਰਾ ਨੇ। ਉਹ ਤਾਂ 24 ਘੰਟੇ ਗੁਰੂ ਨਾਨਕ ਦੇ ਨਾਲ ਵੱਸਦੇ ਹਨ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਕੈਸੇ ਰਾਏ ਬਲਵੰਡ ਜੀ ਬਚਨ ਵਰਤ ਰਹੇ ਨੇ, ਨਾਨਕ ਰਾਜ ਚਲਾਇਆ ਕੀ ਐਮਪੀਆਂ ਦੀ ਮੈਜੋਰਿਟੀ ਨਾਲ, ਐਮਐਲਏਆਂ ਦੀ ਮੈਜੋਰਿਟੀ ਨਾਲ। ਇੱਥੇ ਪ੍ਰਾਈਮ ਮਿਨਿਸਟਰ ਬਣਦੇ ਜਿਹਦੇ ਐਮਪੀ ਜ਼ਿਆਦੇ ਨੇ, ਵੋਟਾਂ ਜ਼ਿਆਦੇ ਨੇ, ਚੀਫ ਮਿਨਿਸਟਰ ਉਹੀ ਬਣੂਗਾ, ਰਾਸ਼ਟਰਪਤੀ ਉਹੀ ਬਣਿਆ ਨਾ, ਹੁਣ ਵੋਟਾਂ 2% ਜਿੱਤ ਗਿਆ। ਪਰ ਗੁਰੂ ਨਾਨਕ ਨੇ ਰਾਜ ਕਾਹਦਾ ਚਲਾਇਆ? ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲਾ ਬਣਾਇਆ ਰਜ ਕੇ ਆਖੋ ਸਤਨਾਮ। ਸੱਚ ਕੋਟ ਹੈ ਕਿਸੇ ਰਾਜੇ ਦਾ ਸੱਚਾ ਕਿਲਾ? 2-4 ਸਾਲ 20 ਸਾਲ ਪੈ ਜਾਣੇ। ਇੱਥੇ ਦੇ ਰਾਜਿਆਂ ਦੀ ਗੱਲ ਛੱਡੋ, ਇੰਦਰਪੁਰੀ ਮੈਂ ਸਰਪੁਰ ਮਰਨਾ, ਬ੍ਰਹਮਪੁਰੀ ਨਹੀਂ ਚਲਣੀ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨ ਸਬਤਾਲਾ। ਇੱਥੇ ਦੇ ਰਾਜ ਕਾਹਦੇ? ਇੰਦਰਪੁਰੀ ਨੇ ਵੀ ਕਦੇ ਟਹਿ ਜਾਣਾ, ਬ੍ਰਹਮਪੁਰੀ ਨੇ ਵੀ ਟਹਿ ਜਾਣਾ। ਇੱਕ ਗੁਰੂ ਨਾਨਕ ਦਾ ਰਾਜ ਕਿਉਂ ਕਾਇਮ ਹੈ? ਉਹਨੇ ਕਿਲਾ ਹੀ ਸੱਚ ਦਾ ਬਣਾਇਆ ਤੇ ਨੀਂਹ ਕਾਹਦੀ ਰੱਖੀ? ਸੱਚ ਕੋਟ ਸਤਾਣੀ ਨੀਵ ਦੇ, ਨੀਂਹ ਦਿੱਤੀ ਕਾਹਦੀ? ਨੀਂਹ ਦਿੱਤੀ, ਸਾਰਾ ਮਕਾਨ ਨੀਂਹ ਤੇ ਹੀ ਡਿਪੈਂਡ ਕਰਦਾ ਹੁੰਦਾ। ਸੱਤ ਆਣੀ ਜਿੰਨਾ ਵੀ ਸੇਵਾ ਸਿਮਰਨ ਦਾ ਜ਼ੋਰ ਸੀ, ਸੱਤਿਆ ਸੀ, ਸ਼ਕਤੀ ਸੀ, ਉਹ ਸਾਰੀ ਆ ਸਿੱਖੀ ਦੇ ਮਹਿਲ ਦੇ ਨੀਂਹ ਵਿਚ ਰੱਖ ਦਿੱਤੇ। ਅੱਜ ਕਿਹਾ ਕੋ ਸਤਨਾਮ ਕਾਰੀਗਰ ਕਹਿੰਦੇ ਉਹਨੇ ਸਭ ਤੋਂ ਵੱਧ ਖਰਚ ਨੀਂਹ ਤੇ ਕਰ ਦੋ, ਡੂੰਘੀ ਪੱਟ ਪੱਕਾ ਜਿਕਰ ਲਾਓ। ਕਬੀਰ ਸਾਹਿਬ ਨੂੰ ਬਨਾਰਸ ਦਾ ਰਾਜਾ ਕਹਿੰਦਾ, ਮੈਂ ਮਹਿਲ ਬਣਾਉਣਾ ਨਵਾਂ, ਨੀਂਹ ਤੁਹਾਤੋਂ ਰਖਾਉਣੀ ਹੈ। ਬਨਾਰਸ ਦਾ ਰਾਜਾ ਕਬੀਰ ਸਾਹਿਬ ਨੇ ਸਮਾਂ ਦੇ ਦਿੱਤਾ, ਉਹ ਤਾਂ ਸਮੇਂ ਸਿਰ ਚਲੇ ਗਏ, ਹੁਣ ਰਾਜਿਆਂ ਦਾ ਕੰਮ ਨੀਂਹ ਪੱਟੇ ਨਾ ਹੋਈ ਅਜੇ। ਰਾਜਾ ਕਹਿੰਦਾ, ਮਹਾਰਾਜ ਮੈਂ ਖਿਮਾ ਦਾ ਜਾ ਚੁੱਕੀ, 10 ਮਿੰਟ ਤੁਸੀਂ ਬੈਠੋ ਰਾਜੋ, ਨੀਂਹ ਡੂੰਘੀ ਪੱਟ ਲਈਏ, ਨੀਂਹ ਡੂੰਘੀ ਅਜੇ ਪੂਰੀ ਪੱਟ ਨਹੀਂ ਹੋਈ। ਕਬੀਰ ਸਾਹਿਬ ਕਹਿੰਦੇ, ਪੱਟ ਲੈ, ਸ਼ਬਦ ਕੀ ਉਚਾਰਿਆ? ਰਾਖੋਂ ਕੰਧ ਉਸਾਰੋਂ ਨੀਵਾਂ, ਤੁਸੀਂ ਸਭ ਇਹੀ ਰਹਿ ਦਓਗੇ, ਨੀ ਨੀਵੀਂ ਰੱਖੋ, ਜਿੰਨੀ ਨੀਵੀਂ ਰੱਖੀ। ਕਹਿੰਦੇ ਉਹ ਇਸ ਮਹਿਲ ਦੀ ਨੀਂਹ ਨੂੰ ਕਹਿੰਦਾ ਨੀਵੀਂ ਰੱਖਾਂ, ਡੂੰਘੀ ਰੱਖਾਂ, 3.5 ਹੱਥ ਤੇਰੀ ਸੀਮਾ, ਤੇਰੇ ਸਰੀਰ ਦੀ ਕੰਧ 3.5 ਹੱਥ ਧਰਤੀ ਤੋਂ ਉੱਪਰ ਤੁਰੀ ਫਿਰਦੀ ਹੈ, ਨੀਂਹ ਖਿੱਚਾਈ ਨੀ ਅੱਜ ਕਿਹਾ ਕੋ ਸਤ। ਅੱਛਾ ਕੀ ਨੀ ਫਿਰਦੇ ਕੰਧ ਰਹਿਤੇ ਜੀ, ਨੀਂਹ ਹੈ ਨੀ। ਇਹੀ ਤਾਂ ਕਾਰਨ ਹੈ ਫਿਰ ਸਕਿੰਟ ਵੀ ਨੀ ਲੱਗਦਾ ਅੱਜ ਕਿਹਾ ਕੋ ਸਤ। ਨੀਂਹ ਕੋਈ ਹੋਵੇ, ਗਿਰਦਾ ਗਿਰਦਾ ਕਮਰਾ ਦੇਰ ਲਾਊ ਨਾ, 1 ਇੰਚ ਵੀ ਨੀ ਨੀ ਆਪਣੀ, 3.5 ਹੱਥ ਤੇਰੀ ਸੀ। ਗੁਰੂ ਨਾਨਕ ਨੇ ਨੀਂਹ ਰੱਖੀ, ਸੱਚ ਦਾ ਕਿਲਾ ਸੱਤੇ, ਸ਼ੁਭ ਕਰਮ ਸੇਵਾ ਸਿਮਰਨ, ਤਾਂ ਹੀ ਕੱਲ ਤੁਹਾਨੂੰ ਸੁਣਾਇਆ ਸੀ ਨਾ, ਨੀਂਹ ਰੱਖੀ ਹਰਿਮੰਦਰ ਸਾਹਿਬ ਦੀ
गुरु अर्जन बाबा बुढ़ा साहब नु कहंदे संतोख सर दी मिट्टी लियाओ पट के। कल गया सी बाबा बुढ़ा जी कहने संतोख सर दी मिट्टी इत्थे की करनी, नी तां हरमंदर दी रखनी। सतगुर कहने लियाओ। क्यों? ए हरी दा मंदर बनना है, एदी नी संतोख ते ही खड़ूगी। हरिमंदर साहब दियां नीहां विच संतोख सरदी मिट्टी पाई गई सी, तां मैया मीर तो नी रखाई सी। धर्म संतोख तो बिना चलना नहीं। सत जुग रत संतोख का, धर्म अगे रतुआ। संतोख तो बिना धर्म नेड़े भी नहीं आऊगा तुहाडे। सतानी नीव सचिया गल, सिमरन सेवा पर उपकार। सचिया गल मुंह तो ही नहीं होनिया, किते कहो मुंह तो बोल के नहीं नहीं। सुन लो गुरु अर्जन दी बाणी, सचिया गल मिथ्या नाही रसना परस। ए जीबा दा सच है, झूठ नहीं बोलना। अखां दा सच, कन्ना दा सच की है? मिथ्या नाही रसना परस। मन में प्रीत निरंजन दस। मन दा सच है, एक वाहिगुरु दा प्रेम बिच होवे। अज के आखो सब ए मन दी सच्चाई है, बाकी प्रेम झूठे। मन में प्रीत निरंजन, अखां दा सच की है? अखां ने बोलना तो है नहीं की सच है। पार तेरे रूप ना पेखे नेत्र, ए अखां दी सच्चाई है। इथे एक टेक्निकल पॉइंट है, अखां नु तुसी रोक सकदे बीबियां नु देखण तो? जेड़ी भैन बीबी सामने आ गई दिख जानी की बंद कर लूंगे अखां? इत्थे बहुत गंभीर शब्द महाराज ने देखण तो नहीं हटाया, क्योंकि देखण तो कांट ही नहीं सकदी। गंदी तो गंदी चीज सामने आ जे उन्हू भी देख लेनगियां, चंगी तो चंगी आ जे उन्हू भी देख लेनगी। गुण इन्हां दा, जो ती भैन सामने आ गई अखां ने देख लेनी है। सतगुर कहंदे देखण तो नहीं तैनू हटाउंदे, पर उस धी भैन दा रूप नहीं देखना। अज के आखो सब बहुत गंभीर है। धियां भैणां नू वेख, पर वेख के तेरे अंदर रूप दी लश्क ना पवे। एदा रूप किहो जाए? पर तेरे रूप ना वेखे नेत्र, बाकी तां देखण नू ही दतियां अखां दतियां कहते हैं। नहीं मन विच लियाउणा इस भैण दा रूप के हो जाए, नहीं ओ नहीं देखना। ए अखां दा सच है। साधकी टहल संत संग हेत, बड़ा गंभीर अर्थ है। सुखमनी नूं तुसीं सखाली कह दिंदे हो, समुद्र उच्चों ही दिखदा, लहरां बड़ियां सोहणियां, हवा बड़ी सोहणी है, बड़े सुंदर दृश ने, पर किते छाल मार के देख फिर पता लगू क्या हुंदा है। अज के आखो सत नाम, किते विच उतर के देख तेनू पता लगे ओ थोड़ा तां फार्मूला ही होर है। इत्थे भी बैठे होने कई जिहड़े सवेरे समुद्र ते सैर करन जांदे होने, नहरां ते जाने न। घर आली नू आके कहूगा मैं 8 मील समुद्र ते नहर ते सैर करके आए, 6 मील नहर ते। भाई क्यों झूठ बोलन दे? तू तो नहर दी पटड़ी ते तुरे है, कहना मैं नहर ते शहर करके। नहर ते तां जांदा जे विच छाल मारदा, खोसा ते ना खंगू ते सुखी जगह तुरे है। सुखी जगह कि नहर हुंदी है, ओ ते कंडा है, ओ ते पटड़ी है। नहर पानी हुंदा है, नहर सुखी धरती नहीं हुंदी कदे भी। समुद्र पानी हुंदा, ओ ते कंडा समुद्र नहीं हुंदा, वो तो सुखा। किते बीच उधर तेनू पता लगे की शहर होती है, दुख न मनाए। हूं ऐसी गुरु ग्रंथ साहब विच उतरे नहीं है, उते उते शहर। बड़ा
ਬਾਬਾ ਆਇਆ ਜੀ, ਤਿਲ ਸਿੱਟਣ ਨੂੰ ਜਗ੍ਹਾ ਨੀ ਰਹੀ, ਤਿਲ ਸਿੱਟਣ ਨੂੰ ਜਗ੍ਹਾ ਨੀ ਰਹੀ, ਜਗ੍ਹਾ ਤਿਲ ਸਿੱਟਣ ਨੂੰ ਨੀ ਰਹੀ। ਤੇਰੇ ਅੰਦਰ ਜਿਹੜੇ ਪੱਥਰ ਚਾਰ ਚਾਰ ਕੁਇੰਟਲ ਦੇ ਪਏ, ਉਹ ਨਾਲੇ ਚੱਕੀ ਫਿਰਦੇ, ਜਗ੍ਹਾ ਦੇ ਤਿਲ ਟੋਕੀ ਲੈਣੇ। ਉਤਰੋ ਇਹਦੇ ਵਿੱਚ, ਡੂੰਘੇ ਉਤਰੋ। ਕੀ ਬਚਨ ਕਰਦੇ ਨੇ ਮਹਾਰਾਜ ਰਾਏ ਬਲਵੰਡ ਜੀ, ਦੇ ਗੁਣਾ ਸਤ ਭੈਣ ਭਰਾ ਬਗੈ ਭਾਰੰਗਤ ਦਾਨ ਪੜੀਵ ਦੇ ਨਾਨਕ ਰਾਜ ਚਲਾਇਆ। ਕਿਹੜਾ ਰਾਜ? ਜਿਸ ਰਾਜ ਦਾ ਕਿਲਾ ਸੱਚ ਦਾ ਹੋਵੇ, ਸੱਚ ਦਾ ਸੱਚ ਕੋਟ ਸਤਾਣੀ ਨੀਵ ਦੇ। ਜੇ ਨੀ ਰੱਖਣੀ ਹੈ ਸੱਚ ਦੇ ਕਿਲੇ ਦੀ, ਤਾਂ ਸੰਤੋਖ ਧਰਮ ਤੀਰਥ ਵੈਰਾਗ ਸੇਵਾ ਸਿਮਰਨ ਅੱਖਾਂ ਦਾ ਸੱਚ, ਇਹਨਾਂ ਨਾਲ ਦੇਖ ਜਗ ਨੂੰ, ਪਰ ਦੇਖ ਰੱਬ ਦਾ ਰੂਪ। ਇਹ ਵੀ ਸੰਸਾਰ ਤੁਮ ਦੇਖਦੇ, ਕੰਨਾਂ ਦਾ ਸੱਚ ਕੀ ਹੈ? ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਸੁਣਨ ਤੋਂ ਬੰਦ ਨਹੀਂ ਕਰਾਇਆ, ਸੁਣਨ ਨੂੰ ਤਾਂ ਲਾਏ ਨੇ, ਪਰ ਕੰਨ ਸੱਚੇ ਹੋ ਜਾਣਗੇ ਜੇ ਤੂੰ ਨਿੰਦਿਆ ਸੁਣਨ ਤੋਂ ਹਟ ਜਾਏਗਾ। ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਜੇ ਸੁਣਨਾ ਹੈ ਇੱਕ ਚੀਜ਼ ਸੁਣ ਲਿਓ ਹੁਣ, ਜੇ ਕੰਨਾਂ ਨਾਲ ਸੁਣਨਾ, ਪਰ ਸੁਣੀ ਸੁਣਨੀ ਨੀ ਔਖਾ ਕੰਮ। ਜੇ ਕੰਨਾਂ ਨਾਲ ਸੁਣਨਾ ਇਹ ਸੁਣਿਆ ਕਰੋ, ਤੂੰ ਬਹੁਤ ਮਾੜਾ ਹੈ ਅੱਜ ਕੇ ਆਖੋ ਸਭ ਸਭ ਤੇ ਜਾਣੇ ਆਪਸ ਕੋ ਹੈਗੇ ਤਿਆਰ ਸੁਣ ਨੂੰ ਕਿ ਬਰਮਿੰਘਮ ਵਿੱਚ ਤੇਰਾ ਮਾੜਾ ਹੀ ਕੋਈ ਨੀ, ਤੁਹਾਡੇ ਕੰਨ ਕਿੱਥੇ ਸੁਣਨਗੇ? ਤੂੰ ਤੇ ਚੋਰ ਹੈ, ਤੂੰ ਤੇ ਠੱਗ ਹੈ। ਪਰ ਤੁਹਾਡਾ ਬਾਪੂ ਕਹਿ ਰਿਹਾ ਗੁਰੂ ਨਾਨਕ, ਮੀਟਰ ਪਾ ਕੇ ਰੱਖੋ ਜੇਬ ਦੇ ਵਿੱਚ, ਕਿ ਹਮ ਨਹੀਂ ਚੰਗੇ ਬੁਰਾ ਨਹੀਂ। ਇੱਥੇ ਆ ਜਾਓ, ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਹੋਰ ਦੀ ਨੀ ਸੁਣਨੀ। ਗੁਰੂ ਅਰਜਨ ਕਹਿੰਦਾ ਆਪਣੀ ਸੁਣ ਲਿਆ ਕਰ, ਅੱਜ ਕਿਹਾ ਕੋ ਸਤਨ ਕਾਹੂ ਕੀ ਕਿਹਾ, ਤੇਰੀ ਨੀ ਕਿਹਾ ਵੀ ਤੂੰ ਆਪਣੀ ਨੀ ਸੁਣਨੀ। ਬੜੀ ਡੂੰਘਿਆਈ ਹੈ ਬਾਣੀ, ਹੋਰ ਦੀ ਨੀ ਸੁਣਨੀ ਆਪਣੀ ਸੁਣ। ਕਬੀਰ ਨੇ ਤਾਂ ਹੀ ਲਿਖਤਾ, ਨਿੰਦੋ ਨਿੰਦੋ ਮੋਖੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ। ਉਹਦੇ ਜਿਹੜੇ ਚੇਲੇ ਚੱਲੜੇ ਤੇ ਨਾ, ਉਹ ਡਾਂਗਾ ਚੱਕੀ ਫਿਰ ਕਹਿੰਦੇ ਬਹੁਤ ਮਾੜਾ ਬੋਲਦਾ ਤੁਹਾਨੂੰ ਬਨਾਰਸ ਵਿੱਚ, ਇਹਨੂੰ ਖਤਮ ਕਰ ਦੇਣਾ। ਉਹਦੇ ਘਰ ਵੀ ਜਾਇਆ, ਕਹਿੰਦੇ ਹਟ ਜਾ ਨਹੀਂ ਤੈਨੂੰ ਮਾਰ ਦੇਂਗੇ। ਕਬੀਰ ਸਾਹਿਬ ਨੂੰ ਲੱਗ ਗਿਆ ਪਤਾ। ਕਬੀਰ ਸਾਹਿਬ ਕਹਿੰਦੇ ਉਹ ਮੇਰਾ ਨਿੰਦਕ ਨੀ ਜਿਹੜਾ ਨਿੰਦਾ ਕਰਦਾ ਬਾਣੀ, ਉਹ ਨਿੰਦਕ ਨੀ ਹੈ। ਚੇਲੇ ਚੜ੍ਹਦੇ ਕਹਿੰਦੇ ਨਿੰਦਕ ਹੈ ਕੌਣ ਫਿਰ? ਸ਼ਰੇ ਆਮ ਤਾਂ ਬਜ਼ਾਰਾਂ ਚ ਕਰਦਾ ਥੋੜੀ ਨਿੰਦਿਆ। ਕਬੀਰ ਸਾਹਿਬ ਕਹਿੰਦੇ ਉਹ ਨੀ, ਨਿੰਦਕ ਸੋ ਜੋ ਨਿੰਦਾ ਹੋਰ ਹੈ, ਹੋਰੇ ਨੀ ਹੋਰੇ, ਹੋਰ ਸ਼ਬਦ ਹੈ ਸੰਸਕ੍ਰਿਤ ਦਾ ਹੋੜ, ਜਿਹਨੂੰ ਮਹਾਰਾਜ ਨੇ ਬਖਸ਼ ਬਾਣੀ ਵਿੱਚ ਆਖਿਆ ਗਰੀਬ ਹੋੜ ਰੋਕਣ। ਪੰਜਾਬੀ ਬੋਲਾਂ ਮੈਂ ਸੰਚਾਰੀਆਂ ਹੋਣੀਆਂ ਮੇਰੇ ਹੱਥ ਦੇ ਨੇ, ਹੋੜਾ ਲਾਉਣਾ ਮੋੜ ਕੇ ਲਿਆਉਣਾ ਅੱਜ ਕੇ ਆਖੋ ਸਤ ਆ ਗਈ ਹੋਣੀ ਯਾਦ। ਤੁਸੀਂ ਚਾਰੋ ਨਾ ਚਾਰੋ, ਤੁਹਾਡੇ ਬਾਪੂ ਨਾਨਕ ਨੇ ਚਾਰੀਆਂ ਅੱਜ ਕੇ ਆਖੋ ਸਤ ਵਿਚਾਰ ਹੋੜਨਾ ਮੋੜਨਾ। ਨਾਮੇ ਕੇ ਸਵਾਮੀ ਸੀ ਬਹੋਰੀ, ਬਹੋੜੀ ਗਈ ਹੋਈ ਮਾਤਾ ਮੋੜ ਕੇ ਲਿਆਉਂਦੀ, ਬਹੋਰੀ ਸੰਸਕ੍ਰਿਤ ਦਾ ਸ਼ਬਦ। ਕਬੀਰ ਸਾਹਿਬ ਕਹਿੰਦੇ ਮੇਰੀ ਨਿੰਦਿਆ ਕਰਨ ਵਾਲਾ ਨਿੰਦਕ ਨੀ, ਨਿੰਦਕ ਤੁਸੀਂ ਹੋ ਜਿਹੜੇ ਕਰਨ ਤੋਂ ਹਟਾਉਂਦੇ ਹੋ। ਦੇਖੋ ਕੈਸੇ ਨਿੰਦਕ ਸੋਚੋ ਨਿੰਦਾ ਹੋਰ ਹੈ, ਜਿਹੜਾ ਉਹਨੂੰ ਹਟਾਉਂਦਾ ਨਾ ਕਰ ਉਹ ਮੇਰਾ ਨਿੰਦਕ ਹੈ। ਐਸੀ ਬਿਰਤੀ ਬਣਾਓ ਕਦੇ, ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਦੂਜੇ ਦੀ ਨੀ ਸੁਣਨੀ। ਗੁਰੂ ਅਰਜਨ ਕਹਿੰਦਾ ਆਪਣੀ ਸੁਣਿਆ ਕਰ, ਕਿਉਂ ਫਾਇਦਾ ਕੀ ਹੋ, ਕੁਛ ਮਹਿਲ ਉਤਰ ਜੂਗੀ ਅੱਜ ਕੇ ਆਖੋ ਸਭ।
निंदक हमरे कपड़े धोए, हम नहीं चंगे, एक करना दा करना दा सच है। सब ते जाने आपस को मत। कृष्ण भगवान बैठे सी द्वारका च, युवक नु कह दे निर्जोधन नु बुला के ले, एक दूजे सेवक नु कह दे युधिष्ठिर नु बुला के ले। संगत हैरान कि कृष्ण करता की अज, ये नेगेटिव पॉजिटिव दोवे कठे कर देने अज, को सदनाम किथे दुर्योधन किथे युधिष्ठिर, ते नेगेटिव पॉजिटिव पड़ाका पऊगा। बुला लिया दे दुर्योधन, कहना जी मैनू बुलाया। कहने दुर्योधन शाम तक जा किते एक चंगा बंदा टोल के लिया, मैनू लोड़ है चंगा। कहना ले आने युधिष्ठिर, कहना जी मैनू की हुक्म है। कहने तू एक माड़ा बंदा टोल के ले, माड़ा। कहना जी ले आने, दोए चले गए। सांझ नू आ गए, दुर्योधन नू कहंदे हो तू कल्ला ही आए है, तेनू कहा सी चंगा बंदा टोल के लिया, मैनू लोड़। दुर्योधन कहंदा कृष्ण जी टोलन दी लोड़े नहीं, सब तो चंगा मैं थोड़े सामने खड़ा था है, अज खेलिया को सद एवं टोलदा फिरदा। मैं ता सही युधिष्ठिर नू कहंदे तेनू कहा सी पापी टोल के ले, माड़ा टोल के तू गले कर। कहना महाराज लोड़े नहीं, सारे अते माड़ा मैं थोड़े सामने खड़ा था, पर मुला ले जो कर लू। जितन थोड़े मन विच ए गल आ गई के मैं सब तो माड़ा मैं, दुनिया विच माड़ा रहना ही कोई नहीं, अज के आखो सब। ए दुनिया पैड़ी क्यों दिखती है, माड़े क्यों दिखते हैं, आपा दुध धोते हैं, आपा चंगे। इकबाल ने ताही लिख दिता, ना थी जब के हमें खुद अपनी खबर, मैनू अपना नहीं सी पता, राह देखता गैरों कोई ऐबो हुनर, दुनिया दे औगणे देखता फिर पड़ी अपनी ही जानू पे जावी नजर, जिदन मैं अंदर चाती मारी अपने, जहां में कोई बुरा ना रहा, दुनिया ही सादा दी दिखन लग पी, अज के आखो सब। ये तो भेड़े ही ता दिखते चंगे आप, जेड़ा बंदा समझ वे के मैं माड़ा, दुनिया चंगे आदि हो जानी है। हम नहीं चंगे, बुरा रहने कोई, पर आपा चंगे इस करके चंगा दिखता कोई नहीं, सब बुरे दिखते। पारंगत दान पड़ी वे नानक राज चलाया, पर उपकार सच दा किला बनाउन खातर किते चूने दी नहीं रख हो जूगी, लोहे दा कड़ा लग जूगा, वो तो लोहा झूठा है, चूना ते झूठा है, पत्थर ते झूठा है, कंक्रीट ते झूठी है, ये नहीं रख के सच दा किला नहीं बन सकता। सच दा किला बन सकता है सत संतोख धर्म तीर्थ वैराग, करना मैत्री मुद्दता अपेक्षा। केड़ा है किला भाई, किते दिखता तो है नहीं, किते बाबे नानक ने ननकाने बनाया, कबीर साहब अहमदाबाद, डिटेल च नहीं जाता मैं। जिदन गुरु नानक दे वचन मन लोगे ना, ये शरीर ही सच दा किला बन जाना है, अज के आखो सब। यही सच दा किला बन, होर नहीं बार बनना कोई, यही सच दा। पर नी रखन खातर मटीरियल चाहिए है, जो जा मकान बनाना होवे ओहो जा मटीरियल। बाबे नानक ने सच दा किला बनाया धर्म दा, सेवा सिमरन ओदी नींव विच बादत। ये दो चीजा हैगियां, किला खड़ा है तेरा, जे सेवा ते सिमर नहीं, फिर गुरु ग्रंथ साहब जी ने कह दिता, भाई रे
भगत हीन काहे जग आया, पूरे गुर की सेव न कीनी बिरसा जन्म गवाया। कैड़ा बचन है, बहुत कैड़ा। कोई फर्क नहीं, पापा भी वेदर प्रूफ है, रज के रखो सत। दो पहिया किधर गईया सदके मेरी टूई, जिन्ना चित्र बाबे ने खड़काया ना अपने पर, बस तकड़े जेड़े सहार गया खड़ना औखा। जुतियां दो तरह दिया होनी है, याद है पंजाबी बोले हो ना, एक सुखी एक सियाने कहने हो प्योंके मारनी है, याद होनी है थोड़ी प्योंक भिजी हुई एक सुखी। वो मेरी बेनती है महाराज के चरणा च सच्चे पातशाह सुखिया से भी बचा के ही रखे, ओदी कृपा। जुती तो जुती होंगी है, और जुती तो पैर से चंगी लगती है, हाथ बिच आई नहीं तो कम बिगड़िया नहीं बचा के। पर एक होंगी है प्योंके सट तो सुखी दी भी बजूगी, बजूगी ना, तो बिजी च की फर्क है। बीजी ने कली सट नहीं मारनी, जे टूई च पैगी ना उन्हें नाल लिख देना है बाटा नंबर 9, कंपनी का नाम भी टूई ते छाप देना है, ये फ्लेक्स दी है, मेड इन चाइना है, इना फर्क होंगे। बुढ़िया प्यो प्यो के बाबा मार रहे है, पर पत्थर बन गए, कोई असर ही नहीं हो रहा। बड़ा मी पैंदा पत्थर सुके दा सुका, वो साडा हाल हो गया। जिंदगी लांगी गुरुद्वारिया च घूमदे दी, कथा कीर्तन करदे दी, डेगा करांदे दी, खंड पाठ करांदे दी, बदलिया कख भी नहीं। टेम्परेचर उन्ने दा उन्ने बदलिया दा हो, जे सच का किला बनाना आ है थोड़ा शरीर, ए जग सच्चे की है कोठड़ी, सच्चे का की बनाया होया अपन, आपा ने बनाया होया गला कर दे, कहने सच के तेरे है ही नहीं गया। गुरु नानक कहने सच का घर बनाया मैं दुनिया, एक और बचन कह दिता, ए नहीं किया कि सच्चे का घर है, गां भी किया जग सच्चे की है कोठड़ी, ये मकान सच्चे का है, गां पता है की टेक्निक है। कई बार तुसी मकान बना के किराए ते दे दने हो, दूजे नु दे दने हो, मालिक होर हुंदा है, रहन वाला होर हुंदा है। गुरु नानक कहिंदे ए भी वहम कढ दो, इस जग दे मकान दा मालिक भी आप है, विच रहिंदा भी आप है, अजके आखो सन। सच्चे का विश्वास लहने तरयन छत सिर, कर सिवते अमृत पीव दे। ऐसे गुरु नानक देव जी ने किला बनाया सच दा, दैवी गुण नीच पाते ऐसी पक्की नहीं, पे उस किले विच किसे नू गद्दी भी ना देनी सी ना, बिठाना भी सी ना, बिठाया तीनू लैने तरे उन छत सिर, उस किले दा छतर, इस सिखी दे महल दा छतर, कह दता पटाने गुरु नानक निकट बसे बनवारी, तिन लैना तार जोत जगतारी, लैने पंथ धर्म का किया, इस किले विच किसे होर नू नहीं बिठाया, एदा राज किसे होर नू नहीं दिता, अपने हथी लैने तरे उन छत सिर, कदों तरिया एवी दाता, कर सिफती अमृत पीव दे, लैने नू कदों छतर दिता, जदों बाबा नानक समझ गया हुण इक अकाल पुरख दी सिफदाई अमृत लैना पी रहा है, जग दिया सिफता तो उचा उठ खड़े। हुण दुनिया दे रासी नू अमृत नहीं लगते, इको एक रस मीठा केड़ा, हर बिन
बिन कछू न लाकई भगतन को मीठा। आन साध सब भी गया, प्रीत भी पुछ गया सी इतने प्रीत कर शिवती अमृत पी। उन्हें भी मां नू कहता, मां तेरी शक्कर मीठी, तेरा शहद मीठा, तेरा दूध मीठा, तेरी मिश्री निवात मीठी। मिठिया हैंगिया पर मेरे अल्लाह जी ने मिठिया नहीं है अज के आखो सब। वो भी इथे पुज गया सी लेना, इथे पुज गया सी दुनिया दे रस, दुनिया दिया सिफतां पिछे रह गई। एक गुरु नानक दी सिफ, गुरु नानक दे बचना नू अमृत करके पी जाना। कौड़े नू पी गया आऊगी कथा, ऐ तो कौड़ा बचन की होवेगा तू मुर्दे नू खा, गले सड़े लाश नू खा। ऐसा बचन भी लेने ने अमृत करके पी लिया गज के आखो सत। सगों हाथ बन के बेनती की थी, सतगुर दस पैरां वलों खावा के सिर वलों खावा, तेरा हुक्म मैनू अमृत है पर वो भी अपनी मर्जी नहीं वरतनी। अमृत नू भी उदों पीवोंगा जदों तू कहेगा। कर सिफती अमृत एवी नहीं लेने सिर छतर तर दिता। सच दा किला दैवी गुणा दी नी ते ओदे विच छतर किनू दिता, जिनू परख लिया कि हुण बस नाम अमृत वाहिगुरु दे गुरु दे बचने नू अमृत बन गए, मिठे लगन लग पे देवता छतर। मत गुर आत्म देव दी खड़ग जोर परा कोई जीद। हुण मैं किमां जाऊंगा इस टुक नू डिटेल विच जाना पैण, सिखाई टुक नहीं इथो ही बचन तुहाडे नाल कल अमृत वेले दे समय। नोट कर लियो संगत, ए कथा दोवें टाइम चलनी है, सवेरे 7 to 8 शाम नू 6 to 7.5। क्यों चलनी है दोवें टाइम? प्रबंधकां दा वचन ने गुरु महाराज कृपा करने, क्योंकि 26 तरीक तक इस फेरे विच मैं तुहाडे चरणा विच इत्थे, फिर 4 दिन दा समा प्रबंधकां ने 100 साल दे दिते। कोशिश करनी है महाराज कृपा करन इस बाणी नू आपां संपूर्ण कर सकीए, इस करके दोवें टाइम इसे बाणी दी कथा। ए जो शब्द आए मत गुर आत्म देव दी खड़ग जोर पराको जीद जीमद, ए दी विचार आपां गुरु दी रोशनी गुरु जी दा सिर ते मेहर भरे हाथ लेके ताही बाणी नू समझ सकांगे। हर तुहाडा भी धन्नवाद है, गुरु दी मेहर है जो कथा विच इन्नी शांति इन्ना ध्यान। 5-7 चिमटे खड़कते हैं, 3-4 ढोलकियां बजदी हैं, 15-20 मैक लगे ने, जाओगे किथे बन्ने बैठना ही पैना है अज के आखो सतनाम। ऐसे चू भी नहीं हो रही, फिर टिका होना। ताही कह दिता मेरे सतगुरु ने सब ते उत्तम हर की कथ। बहुत बहुत धन्यवाद गुरुदेव मेरे सच्चे पातशाह गुरु अर्जन पातशाह, बाणी दे अर्थां दे फुल्लां तो खिमा बख्शन, अगे नू शुद्ध सेवा करन दा फल। उठान कोट वेर शुकर है गुरु ते गुरु दियां संगतां, इत्थे दियां मेरियां मामा भैणां जो सिमरन दी सेवा लंगर दी सेवा दरबार विच करदियां ने, उन्हां वल्लों माया कठी करके एक गरीब बच्ची दे ब्याह दी सेवा अज बख्शी गई है, उन्हां दा भी बहुत धन्नवाद। 2-3 प्रेमियां वल्लों गरीबां दीआं अखां दे ऑपरेशनां वास्ते माया आई है, उन्हां दा भी बहुत धन्नवाद। 8 साढ़े 3 सागल कौन जी दया, तुहाडी बख्शी हुई माया सतगुर सबली करन।